ਖੁਦਾ ਦੇ ਅਸੀਂ ਕਲਾਮ ਵੱਲ ਚੱਲਾਂਗੇ, ਉਹਦੇ ਵਚਨ ਵੱਲ, ਹੈ ਨਾ। ਆਮੀਨ, ਪ੍ਰੇਜ਼ ਦਾ ਲੋਰਡ, ਹਾਲੇਲੂਇਆ, ਆਮੀਨ। ਖੁਦਾਵਨ, ਅਸੀਂ ਹੱਥ ਚੱਕ ਕੇ ਪਰਮੇਸ਼ਰ ਧੰਨਵਾਦ ਕਰਾਂਗੇ, ਉਹਦੇ ਵਚਨ ਲਈ ਥੈਂਕ ਯੂ ਕਰਾਂਗੇ ਖੁਦਾਵਨ। ਹਾਲੇਲੂਇਆ, ਹਾਲੇਲੂਇਆ। ਮੈਂ ਤੁਹਾਨੂੰ ਇੱਕ ਲਾਈਨ ਵੱਲ ਔਰ ਲੈ ਚੱਲਦਾ ਹਾਂ। ਪਿਛਲੇ ਦਿਨ ਮੈਨੂੰ ਫੋਨ ਆਇਆ ਬੈਲਜੀਅਮ ਤੋਂ, ਕਿਸੇ ਨੇ ਮੈਨੂੰ ਫੋਨ 'ਤੇ ਮੇਰਾ ਮੈਸੇਜ ਸੁਣ ਕੇ ਮੈਨੂੰ ਫੋਨ ਕੀਤਾ। ਉਹ 30 ਸਾਲ ਤੋਂ ਉਹ ਬੈਲਜੀਅਮ 'ਚ ਰਹਿ ਰਹੇ ਨੇ, ਪਰ ਉਹਨੇ ਬਹੁਤ ਅੱਛਾ ਉਹ ਬੋਲੇ। ਉਹਨੇ ਮੈਨੂੰ ਇੱਕ ਰਿਕਾਰਡ ਕਰਕੇ ਮੈਸੇਜ ਭੇਜਿਆ, ਕਹਿੰਦੇ ਪਾਰੀ ਸਾਹਿਬ ਤੁਹਾਡਾ ਮੈਸੇਜ ਸੁਣਿਆ, ਜਿਹੜੀ ਤੁਸੀਂ ਮੱਧ ਪ੍ਰਦੇਸ਼ ਦੀ ਗੱਲ, ਤੁਹਾਡਾ ਵੈਸੇ ਕਹਿੰਦਾ 6 ਸਾਲ ਲੰਬੇ ਸਮੇਂ ਤੋਂ ਮੈਂ ਤੁਹਾਡਾ ਪ੍ਰਚਾਰ ਸੁਣ ਰਿਹਾ, ਜ਼ਿਆਦਾ ਤੁਸੀਂ ਯੂਟਿਊਬ 'ਤੇ ਪਾਉਣਾ ਸ਼ੁਰੂ ਕੀਤਾ, ਲੰਬੇ ਸਮੇਂ ਤੋਂ ਮੈਂ ਤੁਹਾਡਾ ਵਚਨ ਸੁਣ ਰਿਹਾ ਹੈ ਅਤੇ ਬਹੁਤ ਅੱਛਾ ਲੱਗਦਾ ਹੈ ਜਿਹੜੇ ਤੁਸੀਂ ਪ੍ਰਚਾਰ ਕਰਦੇ ਆ। ਅਤੇ ਕਹਿੰਦਾ ਜਿਹੜਾ ਐਤ ਕੇ ਸੁਣਿਆ ਜਿਹੜੇ ਤੁਸੀਂ ਮੱਧ ਪ੍ਰਦੇਸ਼ ਦੀ ਗੱਲ ਦੱਸਦੇ ਪਏ ਸੀ MP ਦੀ, ਅਤੇ ਮੈਂ ਮੇਰੀਆਂ ਅੱਖਾਂ ਤੋਂ ਅੱਥਰੂ ਡਿੱਗ ਗਏ, ਕਹਿੰਦਾ ਮੈਂ ਰੋਣ ਲੱਗ ਗਿਆ। ਇੱਕ ਨਹੀਂ ਰੋਏ, ਮੈਨੂੰ ਕਿੰਨੇ ਫੋਨ ਆਏ, ਕਈਆਂ ਦੇ ਅੱਥਰੂ ਡਿੱਗ ਗਏ ਉਹਨੂੰ ਸੁਣ ਕੇ। ਉਹਨੇ ਮੈਨੂੰ ਰਿਕਾਰਡ ਕਰਕੇ ਆਪਣੀ ਆਵਾਜ਼ 'ਚ ਮੈਨੂੰ ਮੈਸੇਜ ਭੇਜਿਆ, ਕਹਿੰਦੇ ਕਿ ਇੱਦਾਂ ਦੇ ਲੋਕਾਂ ਦੇ ਲਈ ਮੈਨੂੰ ਦੁੱਖ ਆ ਕਿ ਇੰਡੀਆ 'ਚ ਹਾਲੇ ਵੀ ਇੱਦਾਂ ਦੇ ਲੋਕ ਹੈਗੇ ਜਿਹੜੇ ਭੁੱਖੇ ਸੌਂਦੇ ਆ। ਉਹਨੇ ਮੈਨੂੰ ਇੱਕ ਬੇਨਤੀ ਕੀਤੀ, ਉਹਦੇ ਵਿੱਚ ਆਪਣੀ ਆਵਾਜ਼ ਭੇਜੀ ਮੈਨੂੰ, ਕਹਿੰਦੇ ਕਿ ਮੇਰੇ ਮਨ 'ਚ ਇੰਨਾ ਮੇਰਾ ਮਨ ਭਰਿਆ ਟੁੱਟਾ ਕਿ ਮੈਂ ਇੱਕ ਡੰਗ ਦੀ ਰੋਟੀ ਛੱਡ ਦੂੰਗਾ, ਮੈਂ ਛੱਡੂੰਗਾ ਉਹ ਜਿਹੜੀ ਇੱਕ ਡੰਗ ਦੀ ਰੋਟੀ ਛੱਡੂੰਗਾ ਨਾ ਪਾਰੀ ਸਾਹਿਬ, ਉਹ ਪੈਸੇ ਮੈਂ ਤੁਹਾਨੂੰ ਭੇਜ ਦੂੰਗਾ, ਤੁਸੀਂ ਉਸ ਵਿਅਕਤੀ ਨੂੰ ਭੇਜ ਦਿਓ ਜਿੰਨੇ ਤੁਸੀਂ ਭੇਜੇ ਤਾਂ ਕਿ ਉਹ ਪਰਿਵਾਰ ਪੇਟ ਭਰ ਕੇ ਖਾ ਸਕੇ। ਮੈਨੂੰ ਇੰਨਾ ਅੱਛਾ ਲੱਗਾ। ਉਹ ਕਹਿੰਦਾ ਮੈਂ ਇੱਕ ਡੰਗ ਦੀ ਰੋਟੀ ਘੱਟ ਖਾ ਲੂੰਗਾ, ਪਰ ਕੋਈ ਮੇਰਾ ਭੈਣ ਭਰਾ ਮਸੀਹ ਭੁੱਖਾ ਨਾ ਸੋਵੇ। ਇੰਨਾ ਉਸ ਦੀ ਆਵਾਜ਼ 'ਚ ਇੰਨਾ ਦਰਦ ਸੀ, ਮੈਂ ਸੁਣਾ ਵੀ ਸਕਦਾ ਤੁਹਾਨੂੰ, ਪਰ ਉਹਦੀ ਉਹਦੀ ਸਪੀਕਰ ਸ਼ਾਇਦ ਨਾ ਬਣੇ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਇੱਦਾਂ ਦੇ ਲੋਕ ਵੀ ਹੈਗੇ ਜਿਹੜੇ ਮੈਸੇਜ ਸੁਣ ਕੇ, ਜਿਹੜੇ ਮੈਨੂੰ ਫੋਨ ਕੀਤੇ, ਕਈਆਂ ਨੇ ਮੈਨੂੰ ਮੈਸੇਜ ਆਵਾਜ਼ ਭੇਜੀ ਆਪਣੀ, ਕਈਆਂ ਨੇ ਮੈਨੂੰ ਫੋਨ 'ਤੇ ਕਿਹਾ ਨਾ। ਮੈਂ ਕੱਲ੍ਹ ਆਪਣੇ ਪਾਦਰੀ ਸਾਹਿਬ ਨੂੰ ਸੁਣਾਇਆ, ਮੈਂ ਕਿਹਾ ਦੇਖੀਏ ਉਹਨਾਂ ਦਾ ਦਿਲ ਵੀ ਇੱਦਾਂ ਹੋ ਗਿਆ ਯਾਰ, ਕਿੰਨਾ ਪਿਆਰ ਦਿਖਾਇਆ ਨਾ। ਮੈਂ ਇੱਦਾਂ ਸਮਝਦਾ ਹਾਂ, ਇਹ ਆ ਕਲਾਮ ਸੁਣਨਾ ਅਤੇ ਕਲਾਮ 'ਤੇ ਚੱਲਣਾ ਅਤੇ ਕਲਾਮ ਦਾ ਆਦਰ ਕਰਨਾ। ਕਈਆਂ ਨੂੰ ਸਿਰਫ ਅੱਛਾ ਲੱਗਦਾ ਆ, ਸਿਰਫ ਅੱਛਾ ਲੱਗਾ, ਕਰਮ ਕੋਈ ਨਹੀਂ ਕੀਤਾ, ਕਰਮ ਨਹੀਂ ਕਰਨਾ, ਅੱਛਾ ਲੱਗਾ ਹੈ ਕਿ ਉਹ ਭਾਈ ਨੇ ਰੋਟੀ ਖਾਧੀ ਪੇਟ ਭਰ ਕੇ ਤੁਹਾਡੇ, ਇੰਨਾ ਅੱਛਾ ਲੱਗਾ ਪਾਰ ਸਾਹਿਬ ਅੱਖਾਂ 'ਚੋਂ ਆਸੂ ਆਏ। ਹੁਣ ਕਰਮ ਕਰ, ਉਹ ਵਿਅਕਤੀ ਮੈਨੂੰ, ਮੈਂ ਕੱਲ੍ਹ ਪਛਿੰਦਰਪਾਲ ਨੂੰ ਵੀ ਸੁਣਾਈ ਇਹ ਗੱਲ, ਮੈਂ ਕਿਹਾ ਸੁਣੋ ਇਹ ਰਿਕਾਰਡਿੰਗ ਸੁਣੋ ਕੀ ਕਹਿ ਰਹੀ ਹੈ, ਭਾਈ ਤਰਸੇਮ ਨੇ ਵੀ ਸੁਣੀ। ਮੈਂ ਕਿਹਾ ਇੱਕ ਤਾਂ ਕਰਮ ਕਰਨਾ ਸੁਣ ਕੇ, ਕਰਮ ਇੱਕ ਆ ਸੁਣ ਕੇ ਅੱਛਾ ਲੱਗਣਾ, ਅੱਛਾ ਲੱਗਦਾ ਹਜ਼ਾਰਾਂ ਤੇ ਲੱਖਾਂ ਨੂੰ, ਕਰਮ ਕੋਈ ਕੋਈ ਕਰਦਾ ਹੈ। ਸੁਣੀਏ ਇਹਦੇ ਬਾਰੇ ਯਕੂਬ ਨੇ ਇੱਕ ਗੱਲ ਕਹੀ, ਯਕੂਬ ਨੇ ਪੜ੍ਹੀਏ ਯਕੂਬ ਦਾ ਖਤ ਕੀ ਕਹਿੰਦਾ ਹੈ, ਦੇਖੀਏ। ਮੇਰਾ ਮੈਸੇਜ ਨਹੀਂ ਆ ਲੇਕਿਨ ਧਿਆਨ ਮੇਰਾ ਪਲਟ ਗਿਆ ਇਹਨੂੰ। ਇਹ 2:14 ਪੜ੍ਹ ਕੇ ਲਿਖਿਆ, ਔਰ ਕਿੰਨੀ ਵਾਰੀ ਤੁਸੀਂ ਪੜ੍ਹਿਆ, ਮੈਂ ਵੀ ਪੜ੍ਹਦਾ, ਪਰ ਮੈਂ ਪੜ੍ਹਦਾ ਨਹੀਂ ਹਾਂ, ਮੈਂ ਪੜ੍ਹੇ ਨੂੰ ਛੱਡਦਾ ਵੀ ਨਹੀਂ ਹਾਂ, ਉਹਨੂੰ ਜਦ ਤੱਕ ਪੂਰਾ ਨਾ ਕਰ ਲਵਾਂ। ਹੇ ਮੇਰੇ ਭਰਾਵੋ, ਹੇ ਮੇਰੇ ਭਰਾਵੋ,
ਜੇ ਕੋਈ ਆਖੇ ਪੇ ਮੈਨੂੰ ਨੇਚਾ ਹੈ, ਜੇ ਕੋਈ ਆਖਦਾ ਕਿ ਸਾਨੂੰ ਯਿਸੂ ਮਸੀਹ ਤੇ 100% ਵਿਸ਼ਵਾਸ ਹੈ ਪਰ ਉਹ ਅਮਲ ਨਾ ਕਰਦਾ ਹੋਵੇ। ਆਹ ਬਾਈਬਲ 2, 3, 4 ਹਿੰਦੀ, ਇੰਗਲਿਸ਼, ਇਬਰਾਨੀ, ਲਤੀਨੀ ਸਭ ਰੱਖਿਆ ਹੋਈਆਂ। ਆ ਹੁਣ ਹੀ ਲਿੱਤੀ ਪਾਸਟਰ ਜੀ 1500 ਦੀ। ਮੈਂ ਕਿਹਾ ਮੇਰੇ ਕੋਲ 60 ਵਾਲੀ ਆ, ਕਈ ਸਾਲਾਂ ਤੋਂ 60 ਰੁਪਏ ਵਾਲੀ ਬਾਈਬਲ, 60 ਦੀ ਖਰੀਦੀ ਸੀ, 60 ਨਾਲ ਚੱਲ ਰਿਹਾ। 1500 ਵਾਲੀ, 2000, 1800 ਦੀ ਬਾਈਬਲ, ਹਾਂਜੀ। ਕਈ ਬੜੇ ਫਕਰ ਜਿਹਾ ਕਹਿੰਦੇ ਮੇਰੇ ਕੋਲ ਮੇਰੀ ਬਾਈਬਲ ਇੰਨੀ ਮਹਿੰਗੀ ਆ, ਚੱਲਣਾ ਕਿਹੜੀ ਦਾ ਇਹਦੇ ਨਾਲ ਨਹੀਂ ਪਤਾ। ਇਹਨੂੰ ਧਿਆਨ ਨਾਲ ਸੁਣੀਏ। ਹੇ ਮੇਰੇ ਭਰਾਵੋ, ਪੜ੍ਹੋ ਇਹਨੂੰ ਫਿਰ। ਹੇ ਮੇਰੇ ਭਰਾਵੋ, ਹਾਂ, ਜੇ ਕੋਈ ਆਖੇ ਭਈ ਮੈਨੂੰ ਨੇਚਾ ਹੈ, ਜੇ ਕੋਈ ਆਖੇ ਭਾਈ ਮੈਨੂੰ ਵਿਸ਼ਵਾਸ ਆ ਪਰ ਉਹ ਅਮਲ ਨਾ ਕਰਦਾ ਹੋਵੇ, ਪਰ ਉਹ ਅਮਲ ਹੀ ਨਹੀਂ ਕਰ ਰਿਹਾ, ਤਾਂ ਕੀ ਲਾਭ ਹੋਇਆ? ਕੀ ਫਾਇਦਾ ਹੈ ਤੇਰੀ ਦੁਆ ਦਾ? ਕੀ ਫਾਇਦਾ ਹੈ ਤੇਰੇ ਵਰਤ ਦਾ? ਰੱਖਿਆ ਸ਼ਾਮ ਤਾਂ ਭੁੱਖਾ ਬੈਠਾ ਰਿਹਾ, ਕੰਮ ਤੇਰਾ ਕੋਈ ਵੀ ਅੱਛਾ ਨਹੀਂ, ਕੋਈ ਵੀ ਅੱਛਾ ਨਹੀਂ। ਮੈਂ ਰੋਜ਼ਾ ਰੱਖ, ਮੈਂ ਵੀ ਅੱਜ ਰੋਜ਼ਾ ਰੱਖਣਾ। ਨਾ ਰੱਖ, ਤੇਰਾ ਕਬੂਲ ਨਹੀਂ ਹੋਣਾ। ਬਾਈਬਲ ਕਹਿੰਦੀ ਕੀ ਫਾਇਦਾ? ਔਰ ਕੀ ਲਿਖਿਆ? ਭਲਾ ਇਹ ਨੇਚਾ ਉਹਨੂੰ ਬਚਾ ਸਕਦੀ ਹੈ? ਕੀ ਤੇਰਾ ਵਿਸ਼ਵਾਸ ਹੀ ਕੱਲਾ ਤੈਨੂੰ ਬਚਾਏਗਾ? ਨਹੀਂ। ਔਰ ਕੀ ਲਿਖਿਆ? ਜੇ ਕੋਈ ਭਾਈ ਜਾਂ ਭੈਣ ਨੰਗਾ, ਜੇ ਤੇਰਾ ਕੋਈ ਵਿਸ਼ਵਾਸੀ ਭੈਣ ਭਰਾ ਨੰਗਾ ਅਤੇ ਰੱਜਵੀਂ ਰੋਟੀ ਤੋਂ ਥੋੜਿਆ ਹੋਵੇ ਅਤੇ ਤੁਸਾਂ ਵਿੱਚੋਂ ਕੋਈ ਉਹਨਾਂ ਨੂੰ ਆਖੇ ਹਾਂ ਭਈ ਸੁੱਖ ਸਾਨ ਨਾਲ ਜਾਓ, ਨਿੱਘੇ ਅਤੇ ਰੱਜੇ ਪੁੱਜੇ ਰਹੋ, ਉਹਦੇ ਕੋਲ ਕੁਛ ਵੀ ਨਹੀਂ ਆ। ਤੇਰਾ ਭੈਣ ਭਰਾ ਇੱਦਾਂ ਦੇ ਹਾਲਾਤ ਵਿੱਚ ਹੋਵੇ, ਤੁਸੀਂ ਕੋਈ ਨਹੀਂ ਭਾਜੀ ਤੁਹਾਡੀ ਪ੍ਰੇਅਰ ਕਰਾਂਗੇ। ਤੇਰੀ ਪ੍ਰੇਅਰ ਨਹੀਂ ਉਹਨੂੰ ਚਾਹੀਦੀ, ਤੇਰੀ ਜੇਬ ਵਿੱਚ ਜਿਹੜਾ 500 ਨੋਟ ਉਹ ਦੇ, ਉਹਨੂੰ ਰੋਟੀ ਚਾਹੀਦੀ ਹੈ, ਉਹਨੂੰ ਰੋਟੀ ਚਾਹੀਦੀ ਹੈ। ਤੇਰੀ ਤੇਰੀ ਦੁਆਰੀ ਦੀ ਲੋੜ ਨਹੀਂ ਆ, ਤੇਰੇ ਵਰਤੀ ਲੋੜ ਨਹੀਂ ਆ, ਕਲਾਮ ਦਾ ਸਹਾਰਾ ਨਹੀਂ ਚਾਹੀਦਾ ਉਹਨੂੰ ਇਸ ਵਕਤ। ਜੋ ਤੇਰੀ ਜੇਬ 'ਚ ਉਹਨੂੰ ਦੇ, ਉਹਨੂੰ ਰੋਟੀ ਦੀ ਲੋੜ ਚਾਹੀਦੀ, ਰੋਟੀ ਚਾਹੀਦੀ। ਔਰ ਕੀ ਚਾਹੀਦਾ? ਪੁੜੀਏ, ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਂਦੀਆਂ ਹਨ। ਇਹ ਕਹਿਣੀ ਪਈ ਗੱਲ, ਇਹ ਯਾਕੂਬ ਦੇ ਖਾਚੇ ਬੋਲ ਲਿਖਣੀ ਪਈ। ਪਤਾ ਕਿਉਂ? ਕਿਉਂਕਿ ਉੱਥੇ ਵਿਸ਼ਵਾਸੀ ਇੱਦਾਂ ਦੇ ਹੈਗੇ ਸੀ, ਤਾਂ ਉਹਨੂੰ ਲਿਖਣੀ ਪਈ। ਕਿਉਂਕਿ ਕਹਿੰਦੇ ਕੋਈ ਨਹੀਂ ਭਈਆ, ਆਪਕੇ ਲਈ ਪ੍ਰਾਰਥਨਾ ਕਰਾਂਗੇ, ਭਈਆ ਸਰਦੀ ਆ ਰਹੀ, ਪ੍ਰੇਅਰ ਕਰਾਂਗੇ ਆਪਕੇ ਲਈ। ਤੇਰੀ ਪ੍ਰਾਰਥਨਾ ਸਰਦੀ ਨੂੰ ਰੁਕਣੀ? ਇੱਕ ਰਜਾਈ ਲੈ ਕੇ ਦੇ ਉਹਨਾਂ, ਤੇਰੀ ਉਹਦੀ ਸਰਦੀ ਕੀ ਆ? ਇਹ ਇਹ ਬਾਈਬਲ ਦੀ ਗੱਲ ਆ। ਕਈ ਕਹਿੰਦੇ ਆਪਕੇ ਲਈ ਪ੍ਰਾਰਥਨਾ ਕਰਾਂਗੇ, ਤੇਰੀ ਪ੍ਰੇਅਰ ਨਹੀਂ ਚਾਹੀਦੀ ਉਹਨੂੰ, ਤੇਰੀ ਪ੍ਰੇਅਰ ਨਹੀਂ ਉਹਨੂੰ, ਉਹਨੂੰ ਰਜਾਈ ਚਾਹੀਦੀ। ਰਜਾਈ ਸਰਦੀਆਂ ਆ ਗਈਆਂ, ਹਾਂਜੀ। ਮੈਂ ਤਾਂ ਪ੍ਰਚਾਰ ਕਰ ਸਕਦਾ ਜੇ ਮੈਂ ਕਿਸੇ ਨੂੰ ਲੈ ਕੇ ਦਿੱਤੀ ਹੋਵੇ ਤਾਂ, ਨਹੀਂ ਤਾਂ ਬਾਈਬਲ ਕਹਿੰਦੀ ਦੁਸ਼ਟ ਨੂੰ ਕੀ ਹੱਕ ਆ ਮੇਰੀਆਂ ਵਿਧੀਆਂ ਸੁਣਾਵੇ। ਕਈ ਵੈਸੇ ਹੀ ਪ੍ਰਚਾਰ ਕਰਦੇ, ਪਾਸਵਨ ਵੀ ਕਰਦੇ ਆ, ਆਪ ਨਹੀਂ ਕੁਛ ਕਰਨਾ, ਪ੍ਰੀਚਿੰਗ ਕਰਦੇ ਕਿ ਤੁਸੀਂ ਦਿਓ ਸਾਨੂੰ। ਇਹ ਖਰੀ ਖਰੀ ਗੱਲ ਬੋਲੂੰਗਾ ਕਿਉਂਕਿ ਨੈੱਟ 'ਤੇ ਜਾਂਦਾ ਲੋਕ ਸੁਣਦੇ ਆ। ਤੂੰ ਸ਼ੁਰੂ ਕਰ, ਸ਼ੁਰੂ ਕਰ, ਕਿਉਂਕਿ ਸ਼ੁਰੂ ਜਿਹੜਾ ਕਰੇਗਾ ਉਹੀ ਪ੍ਰਮਾਣਿਤ ਵੀ ਕਰੇਗਾ। ਜਿਹੜਾ ਪ੍ਰਮਾਣਿਤ ਕਰੇਗਾ ਖੁਦਾ ਆਪਣੇ ਚਿੰਨ ਪ੍ਰਗਟ ਕਰੇਗਾ ਉਹਦੇ ਨਾਲ। ਮੈਂ ਪ੍ਰੀਚ ਕਿਉਂ, ਪ੍ਰੀਚ ਹੀ ਥੋੜ੍ਹੀ ਕਰਨਾ। ਹਾਂ ਬਾਈਬਲ ਮੈਂ ਲਿਖਿਆ, ਤੂੰ ਕਦੋਂ ਪੂਰਾ ਕਰਨਾ ਉਹ ਦੱਸ, ਲਿਖਤ ਨਾ ਦਿਖਾ, ਪੂਰਾ ਕਰ, ਪ੍ਰੈਕਟੀਕਲ 'ਚ ਦਿਖਾਓ ਮਸੀਹ ਨੂੰ। ਔਰ ਕੀ ਲਿਖਿਆ ਪੜ੍ਹੀਏ? ਤੇਰਾ ਭਰਾ ਕੋਈ ਭੁੱਖਾ ਹੋਵੇ, ਜਿਹੜੀਆਂ ਵਸਤਾਂ ਸਰੀਰ ਲਈ ਲੋੜੀਂਦੀਆਂ ਉਹ ਤੁਸੀਂ ਉਹਨਾਂ ਨੂੰ ਨਾ ਦਿੱਤੀਆਂ, ਉਹਨਾਂ ਨੂੰ ਨਹੀਂ ਦਿੱਤੀਆਂ, ਤਾਂ ਕੀ ਲਾਭ ਹੋਇਆ? ਕੀ ਫਾਇਦਾ ਹੋਇਆ? ਤੇਰੀ ਦਵਾ ਦਾ, ਤੇਰੇ ਰੋਜ਼ੇ ਦਾ। ਇਸੇ ਪ੍ਰਕਾਰ ਹੈ, ਇਸੇ ਪ੍ਰਕਾਰ ਹਾਂ, ਨੇਚਾ ਜੋ ਅਮਲ ਸਹਿਤ ਨਾ ਹੋਵੇ, ਵਿਸ਼ਵਾਸ ਜਿਹੜਾ, ਵਿਸ਼ਵਾਸ ਅਮਲ ਤੋਂ ਬਿਨਾਂ, ਬਿਨਾਂ ਵਚਨ ਤੋਂ, ਇਹ ਨਿਕੰਮਾ ਆ।
ਇਹਦਾ ਕੋਈ ਰਿਜ਼ਲਟ ਨਹੀਂ ਹੈ, ਬਾਈਬਲ ਕਹਿੰਦੀ। ਔਰ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ। ਫਿਰ ਪੜੋ ਧਿਆਨ ਨਾਲ। ਇਸੇ ਪ੍ਰਕਾਰ ਨੇਚਾ ਜੋ ਅਮਲ ਸਹਿਤ ਨਾ ਹੋਵੇ, ਇਸ ਪ੍ਰਕਾਰ ਨੇਚਾ ਵਿਸ਼ਵਾਸ ਜੇ ਅਮਲ ਨਹੀਂ ਆ ਤੇ ਤੇਰਾ ਵਿਸ਼ਵਾਸ ਡੈਡ ਮਰਿਆ ਹੋਇਆ। ਔਰ ਪਰ ਕੋਈ ਆਖੇਗਾ, ਕੋਈ ਆਖੇਗਾ ਵੀ ਤੇਰੇ ਕੋਲ ਨੇਚਾ ਹੈ, ਇਹ ਕਹਿੰਦਾ ਮੇਰੇ ਕੋਲ ਵਿਸ਼ਵਾਸ ਆ ਅਤੇ ਮੇਰੇ ਕੋਲ ਅਮਲ ਹਨ, ਮੇਰੇ ਕੋਲ ਦੂਜਾ ਅਮਲ ਹਨ, ਤੂੰ ਆਪਣੇ ਨੇਚਾ ਅਮਲਾਂ ਬਿਨਾਂ ਮੈਨੂੰ ਵਿਖਾ ਅਤੇ ਮੈਂ ਆਪਣਿਆਂ ਅਮਲਾਂ ਨਾਲ ਤੈਨੂੰ ਆਪਣੀ ਨੇਚਾ ਵਿਖਾਵਾਂਗਾ। ਕਈਆਂ ਨੂੰ ਸਿਰਫ ਵਿਸ਼ਵਾਸ ਆ, ਅਮਲ ਨਹੀਂ। ਕਈ ਲੋਕਾਂ ਦੇ ਪਰਸੋਂ ਅਸੀਂ ਇੰਨਾ ਤਾਂ ਵਿਸ਼ਵਾਸ ਕਰਦੇ ਹਾਂ, ਤੇਰੇ ਵਿਸ਼ਵਾਸ ਠੀਕ ਆ, ਉਹਦੇ ਨਾਲ ਨਾਲ ਜਿਹੜੀ ਲਾਈਨ ਅਗਲੇ ਉਹ ਵੀ ਪੜ੍ਹਨੀ, ਕਦੀ ਕੀ ਲਿਖਿਆ, ਅਮਲ ਕਰ, ਤੇਰੇ ਵਿਸ਼ਵਾਸ ਨੇ ਨਹੀਂ ਕੁਛ ਕਰਨਾ, ਵਿਸ਼ਵਾਸ ਅਮਲਾਂ ਦੇ ਨਾਲ ਹੋਣਾ, ਉਹਨੇ ਪ੍ਰਮਾਣ ਚਿੰਨ੍ਹ ਦੇਣੇ, ਇਹਦਾ ਲਿਖਿਆ ਬਾਈਬਲ ਇਹੀ ਕਹਿੰਦੀ। ਔਰ ਕੀ ਲਿਖਿਆ, ਤੂੰ ਨੇਚਾ ਰੱਖਦਾ ਹੈ, ਤੂੰ ਵਿਸ਼ਵਾਸ ਰੱਖਦਾ ਜੋ ਪਰਮੇਸ਼ਵਰ ਇੱਕੋ ਹੈ, ਤੂੰ ਵਿਸ਼ਵਾਸ ਕਰਦਾ ਕਿ ਪਰਮੇਸ਼ਵਰ ਇੱਕੋ ਹੀ ਆ, ਇਹ ਤੂੰ ਅੱਛਾ ਕਰਦਾ, ਅੱਛੀ ਗੱਲ ਆ ਤੇਰੇ ਲਈ, ਅੱਛਾ ਆ, ਤੂੰ ਇਹ ਵਿਸ਼ਵਾਸ ਕਰਦਾ ਕੋਈ ਪਰਮੇਸ਼ਵਰ ਆ ਔਰ ਕੋਈ ਦੂਜਾ ਪਰਮੇਸ਼ਵਰ, ਵਧੀਆ ਲੱਗੀ ਗੱਲ ਹੈ। ਔਰ ਅੱਗੇ, ਭੂਤ ਇਹੋ ਨੇਚਾ ਕਰਦੇ ਹਨ, ਭੂਤ ਵੀ ਤੇਰੇ ਵਰਗੇ ਹੀ ਆ ਅਤੇ ਕੰਬਦੇ ਹਨ, ਪਰ ਤੂੰ ਕੰਬਦਾ ਨਹੀਂ। ਭੂਤ ਕੀ ਕਰਦੇ, ਕੰਬਦੇ ਆ, ਉਹ ਵੀ ਵਿਸ਼ਵਾਸ ਕਰਦੇ ਕਿ ਯਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਆ, ਉਹ ਤੋਂ ਬਿਨਾਂ ਦੂਸਰਾ ਕੋਈ ਪਰਮੇਸ਼ਵਰ ਨਹੀਂ ਆ। ਉਹ ਡਰਦੇ ਤੇ ਕੰਬਦੇ ਹਨ, ਵਿਸ਼ਵਾਸੀ ਵਿਸ਼ਵਾਸ ਕਰੇਗਾ ਪਰ ਡਰਦਾ ਨਹੀਂ, ਕੰਬਦਾ ਨਹੀਂ। ਇੰਨਾ ਫਰਕ ਆ, ਤੂੰ ਵੀ ਭੂਤਾਂ, ਹਾਲੇ ਭੂਤ ਵੀ ਤੇਰੇ ਨਾਲ ਚੰਗਾ, ਭੂਤ ਦੇ ਅੰਦਰ ਔਰ ਕੁਆਲਿਟੀ, ਵਿਸ਼ਵਾਸ ਵੀ ਕਰਦਾ ਭੂਤ ਤੇ ਭੂਤ ਕੰਬਦਾ ਤੇ ਵਿਸ਼ਵਾਸੀ ਕੰਬਦਾ ਨਹੀਂ, ਡਰਦਾ ਨਹੀਂ, ਇਕੱਲਾ ਵਿਸ਼ਵਾਸ ਹੀ ਕਰਦਾ। ਕਿ ਇਹੋ ਜਿਹਾ ਵਿਸ਼ਵਾਸ ਤੈਨੂੰ ਬਚਾ ਲਵੇਗਾ? ਬਾਈਬਲ ਕਹਿੰਦੀ ਨਹੀਂ, ਨਹੀਂ ਬਚਾਏਗਾ। ਸਾਧੂ ਸੁੰਦਰ ਸਿੰਘ ਨਾਲ ਵੀ ਹੋਇਆ, ਉਹਨਾਂ ਵੀ ਹੋਇਆ, ਉਹ ਵੀ ਕਿਸੇ ਦੇ ਘਰ, ਇੱਕ ਵਾਰੀ ਸਾਧੂ ਸੁੰਦਰ ਸਿੰਘ ਦੀ ਇੱਕ ਮੈਂ ਬੁੱਕ ਪੜ੍ਹੀ ਸੀ, ਉਹਨੇ ਬੁੱਕ 'ਚ ਲਿਖਿਆ ਸਾਧੂ ਸੁੰਦਰ ਸਿੰਘ, ਬਹੁਤ ਬਰਫ਼ ਪਈ ਸੀ ਤਿੱਬਤ ਵਿੱਚ, ਅਤੇ ਉਹ ਕਿਸੇ ਦੇ ਦਰਵਾਜ਼ੇ ਦੇ ਕੋਲ ਜਾ ਕੇ ਰਾਤ ਠਹਿਰੇ, ਖੜਕਾਇਆ, ਕ੍ਰਿਸਚਨ ਫੈਮਿਲੀ ਸੀ, ਉਹ ਵਿਸ਼ਵਾਸ ਕਰਨ ਵਾਲੀ ਸੀ, ਅਮਲ ਨਹੀਂ, ਕ੍ਰਿਸਚਨ ਫੈਮਿਲੀ। ਉਹਨੇ ਖੜਕਾ ਕੇ ਸਾਧੂ ਸੁੰਦਰ ਸਿੰਘ ਨੇ ਕਿਹਾ ਕਿ ਬਾਹਰ ਸਰਦੀ ਬਹੁਤ ਆ, ਮੈਂ ਯਸ਼ਮ ਸਿੰਘ ਨੂੰ ਮੰਨਦਾ ਹਾਂ। ਉਹਨੇ ਅੰਦਰ ਨਹੀਂ ਵਾੜਿਆ, ਕੋਈ ਨਹੀਂ ਬਾਬਾ ਜੀ ਦੁਆ ਕਰੇਂਗੇ ਆਪਕੇ ਲਈ, ਕਿਉਂਕਿ ਦਾੜੀ ਵਜੀ ਸਾਧੂ ਸੁੰਦਰ ਸਿੰਘ ਦੀ, ਪ੍ਰਾਰਥਨਾ ਕਰੇਂਗੇ ਆਪਕੇ ਲਈ। ਦੁਆ ਕਰਕੇ ਇੱਕ ਈਸਾਈ ਭਾਈ, ਉਹਦੀ ਬੁੱਕ ਪੜ੍ਹੀ ਮੈਂ, ਅੰਦਰ ਚਲੇ ਗਏ, ਅੰਦਰੋਂ ਕੁੰਡਾ ਲਿਆ, ਉਹਨਾਂ ਦਾ ਕੁੱਤਾ ਬਾਹਰ ਬਰਾਮਦੇ 'ਚ ਬੈਠਾ ਸੀ, ਬੋਰੀ ਵਿਛਾਈ, ਸਾਧੂ ਸੁੰਦਰ ਸਿੰਘ ਨੇ ਕੁੱਤੇ ਨਾਲ ਰਾਤ ਕੱਟੀ, ਅਤੇ ਉਹਨੇ ਉੱਥੇ ਬੁੱਕ 'ਚ ਲਿਖਿਆ ਕੁੱਤੇ ਦੇ ਦੁਆਰਾ ਮੈਨੂੰ ਸੇਕ ਆ ਰਿਹਾ ਸੀ, ਉਹਦੇ ਸੇਕ ਨਾਲ ਹੀਟ ਨਾਲ ਸਾਧੂ ਸੁੰਦਰ ਸਿੰਘ ਨੇ ਇੱਕ ਈਸਾਈ ਭਾਈ ਦੇ ਦਰਜੇ ਕੋਲ ਰਾਤ ਕੱਟਦੀ। ਉਹ ਕਹਿੰਦਾ ਮੈਂ ਬਾਈਬਲ ਰੱਖੀ ਹੋਈ, ਜਿਹੜਾ ਅੰਦਰ ਗਿਆ ਉਹਦੇ ਨਾਲੋਂ, ਜਿਹੜਾ ਅੰਦਰ ਗਿਆ ਇਹ ਵੀ ਚੰਗਾ ਆ, ਜਿਹਨੇ ਸੇਕ ਦੇ ਕੇ ਰਾਤ ਉਹਦੀ ਕਟਾਤੀ। ਉਹਦੀ ਬੁੱਕ ਇੱਦਾਂ ਪੜ੍ਹੀ, ਇੱਕ ਬੜੀ ਪੁਰਾਣੀ ਗੱਲ ਆ, ਬਹੁਤ ਪੁਰਾਣੀ ਗੱਲ, ਜਿਹੜੀ ਕਿਤਾਬ ਪੜ੍ਹੀ, ਮੈਨੂੰ ਹੁਣ ਯਾਦ ਨਹੀਂ ਕਿਤਾਬ ਦਾ ਕੀ ਨਾਮ ਕੀ ਆ, ਲੇਕਿਨ ਮੈਂ ਤਾਂ ਪੜ੍ਹਿਆ, ਦੁੱਖ ਹੋਇਆ, ਕਿਉਂਕਿ ਉਹ ਅਮਲ ਕਰਨ ਵਾਲੇ ਵਿਸ਼ਵਾਸੀ ਨਹੀਂ ਸੀ, ਉਹ ਤਾਂ ਸਿਰਫ ਵੈਸੇ ਨੇਚਾ ਕਰਦੇ, ਯਸਮ ਸੀ ਪ੍ਰਭੂ ਆ, ਕੀ ਤੈਨੂੰ ਇਹੋ ਜਿਹਾ ਵਿਸ਼ਵਾਸ ਬਚਾ ਲਵੇਗਾ?
ਬਾਈਬਲ ਕਹਿੰਦੀ ਕਦਾਪੀ ਨਹੀਂ। ਅਮਲਾਂ ਵਾਜੋਂ ਨਿੱਚਾ ਅਕਾਰਥਿਆ, ਅਮਲਾਂ ਦੇ ਨਾਲ ਤੂੰ ਮੈਨੂੰ ਆਪਣਾ ਵਿਸ਼ਵਾਸ ਦਿਖਾ, ਮੈਂ ਤੈਨੂੰ ਆਪਣੇ ਅਮਲ ਦਿਖਾਊਂਗਾ ਵਿਸ਼ਵਾਸ ਨਾਲ। ਔਰ ਕੀ ਲਿਖਿਆ ਪੜ੍ਹੀਏ, ਪਰ ਹੇ ਨਿਕੰਮਿਆ ਮਨੁੱਖਾ, ਆਹ ਜਿਹੜੇ ਇਕੱਲੇ ਵਿਸ਼ਵਾਸ ਹੀ ਕਰਦੇ ਅਮਲ ਨਹੀਂ ਕਰਦੇ, ਇਹ ਨਿਕੰਮਿਓ, ਕੀ ਤੂੰ ਇਹ ਜਾਣਿਆ ਚਾਹੁੰਦਾ ਹੈ, ਕੀ ਤੂੰ ਇਹ ਜਾਣਨਾ ਚਾਹੁੰਦਾ ਵੀ ਅਮਲਾਂ ਵਾਜੋਂ ਨਿੱਚਾ ਅਕਾਰਥ ਹੈ। ਅਮਲਾਂ ਦੇ ਵਾਜੋਂ ਨਿੱਚਾ ਕੀ ਆ? ਅਕਾਰਥ, ਅਕਾਰਥ ਆ। ਔਰ ਕੀ ਸਾਡਾ ਪਿਤਾ ਅਬਰਾਹਮ ਅਮਲਾਂ ਨਾਲ ਧਰਮੀ ਨਹੀਂ ਠਹਿਰਾਇਆ ਗਿਆ? ਸੁਣੀਏ, ਅਬਰਾਹਮ ਅਮਲ ਕੀਤਾ, ਅਮਲ ਉਹਦੇ ਵਚਨ 'ਤੇ, ਉਹਨੇ ਕਿਹਾ ਤੇਰੇ ਲੜਕਾ ਹੋਏਗਾ। ਸਾਰਾ ਨੇ ਅਮਲ ਨਹੀਂ ਕੀਤਾ, ਲੇਕਿਨ ਅਬਰਾਹਮ ਜੁੜਿਆ ਸੀ ਖੁਦਾ ਨਾਲ ਪੂਰੀ ਰੀਤੀ ਨਾਲ। ਉਹਨੂੰ ਪਤਾ ਜੋ ਕੁਛ ਖੁਦਾ ਕਹਿੰਦਾ ਕਦੀ ਮਿੱਟ ਨਹੀਂ ਸਕਦਾ, ਜਿਹੜੀ ਗੱਲ ਖੁਦਾ ਨੇ ਕਹਿਤੀ ਉਹ ਕਦੀ ਇੱਧਰ ਉੱਧਰ ਹੋ ਹੀ ਨਹੀਂ ਸਕਦੀ, ਬਾਈਬਲ ਕਹਿੰਦੀ। ਔਰ ਫਿਰ ਜਦੋਂ ਉਹਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਚਾੜ ਦਿੱਤਾ, ਤੂੰ ਵੇਖਦਾ ਹੈ ਭਈ ਨੇਚਾ ਉਹਦੇ ਅਮਲਾਂ ਨਾਲ ਗੁਣਕਾਰ ਹੋਈ ਅਤੇ ਵਿਸ਼ਵਾਸ ਉਹਦੇ ਅਮਲ ਕਰਨ ਕੀ ਹੋਇਆ, ਗੁਣਕਾਰ ਹੋਈ, ਗੁਣਕਾਰ ਹੋਇਆ ਤੇ ਅਮਲਾਂ ਤੋਂ ਨੇਚਾ ਸੰਪੂਰਨ ਹੋਈ। ਨੇਚਾ ਕੀਤੀ, ਨੇਚਾ ਕੀ ਹੋਈ? ਅਮਲ ਕੀਤਾ, ਉਹਦੇ ਨਾਲ ਕੀ ਆਇਆ? ਜਲਾਲਦਾਰ ਹੋਇਆ ਖੁਦਾ ਦਾ। ਔਰ ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਵੀ ਅਬਰਾਹਮ ਨੇ ਪਰਮੇਸ਼ਵਰ ਦੀ ਪ੍ਰਤੀਤ ਕੀਤੀ ਅਤੇ ਇਹ ਉਹਦੇ ਲਈ ਧਰਮ ਗਿਣੀ ਗਈ ਅਤੇ ਉਹ ਪਰਮੇਸ਼ਵਰ ਦਾ ਮਿੱਤਰ ਸਦਾਇਆ। ਇਸ ਕਰਕੇ ਅਸੀਂ ਉਹਦੇ ਮਿੱਤਰ ਹਾਂ, ਆਪਣੇ ਖੁਦਾ ਜੇ ਵਿਸ਼ਵਾਸ ਕਰੀਏ ਅਤੇ ਅਮਲ ਕਰੀਏ। ਬਾਈਬਲ ਕਹਿੰਦੀ ਹੈ, ਉਹਨੇ ਮਿੱਤਰ ਵੀ ਕਿਹਾ ਸਾਨੂੰ, ਫਿਰ ਯਸੂ ਮਸੀਹ ਨੇ ਇੱਕ ਗੱਲ ਕਹੀ, ਹੁਣ ਮੈਂ ਤੁਹਾਨੂੰ ਮਿੱਤਰ ਨਹੀਂ, ਹੁਣ ਮੈਂ ਤੁਹਾਨੂੰ ਆਪਣੇ ਭਰਾ ਕਹੂੰਗਾ, ਇੱਦਾਂ ਲਿਖਿਆ। ਅਤੇ ਇਬਰਾਨੀ ਦੇ ਖਾਤੇ ਲਿਖਿਆ ਉਹ ਭਰਾ ਕਹਿਣ ਤੋਂ ਸ਼ਰਮਾਉਂਦਾ ਨਹੀਂ। ਇੱਦਾਂ ਜਿਹੜੇ ਬਹੁਤ ਅੱਛਾ ਇੱਕ ਮੈਸੇਜ ਮੈਨੂੰ ਲੱਗਾ, ਇੱਕ ਮੈਸੇਜ ਸੀ, ਅੱਛਾ ਸੀ, ਗੁੱਡ ਸੀ। ਮੈਂ ਜਲਦੀ ਇੱਦੀ ਜਲਦੀ ਇੰਪ੍ਰੈਸ ਵੀ ਨਹੀਂ ਹੁੰਦਾ, ਪਰ ਅੱਛਾ ਲੱਗਾ। ਗੁਰਸ਼ਰਨ ਕੌਰ ਨੇ, ਖੋਜੇ ਵਾਲੀ ਨੇ, ਹਰਪਾਲ ਸਿੰਘ ਦੀ ਜਿਹੜੀ ਨੋਹ ਆ, ਉਹਨੇ ਇੱਕ ਮੈਸੇਜ ਪ੍ਰਚਾਰ ਕੀਤਾ, ਮੈਂ ਪੂਰਾ ਦਾ ਮੈਸੇਜ ਸੁਣਿਆ ਇੱਕ ਦਿਨ। ਉਹਦੇ ਮੈਸੇਜ 'ਚ ਅੱਛੇ ਰਿਜ਼ਲਟ ਸੀ, ਉਹਨੇ ਜਾਤ ਪਾਤ ਵਾਲਿਆਂ ਨੂੰ ਚੰਗੀ ਤਰ੍ਹਾਂ ਤਸਵੀਰ ਦਿਖਾਈ, ਗਰੀਬੀ ਅਮੀਰੀ ਦਿਖਾ ਲਈ ਕਿ ਜਿਹੜੇ ਲੋਕ ਮਾੜੇ ਮੋਟੇ ਕੱਪੜੇ ਪਾ ਕੇ ਆਉਂਦੇ ਅਤੇ ਜਿਹੜੇ ਅੱਛੇ ਪਾ ਕੇ ਆਉਂਦੇ, ਕਈ ਉੱਠ ਕੇ ਲੋਕ ਦੂਜੇ ਵਿਸ਼ਵਾਸੀ ਉੱਤੋਂ ਸੂਕ ਕਰਦੇ ਆ, ਜਾਤੀ ਪਾਤੀ ਦੀ ਵੀ ਕਹਿੰਦੇ ਸੂਕ ਕਰਦੇ, ਹਲੇ ਮੁਸੀਬਤ 'ਚ ਨਹੀਂ ਆਏ। ਇਹ ਗੱਲ ਮੈਨੂੰ ਉਹਦੀ ਬਹੁਤ ਅੱਛੀ ਲੱਗੀ, ਜਾਤੀ ਪਾਤੀ ਦਾ ਵੀ ਸਿਸਟਮ ਕਹਿੰਦੀ ਹਲੇ ਅੰਦਰ ਹੈਗਾ ਲੋਕਾਂ ਦੇ। ਉਹਨੇ ਆਪਣੇ ਮੈਸੇਜ 'ਚ ਉਹਦਾ ਮੈਸੇਜ ਮੈਂ ਸਾਰਾ ਸੁਣਿਆ, ਉਹ ਕਹਿੰਦੀ ਹਲੇ ਵੀ ਲੋਕਾਂ 'ਚ ਜਾਤੀ ਪਾਤੀ ਗਈ ਨਹੀਂ। ਇਹ ਉਹ ਗੁਰਸ਼ਰਨ ਨੇ ਪ੍ਰਚਾਰ ਕੀਤਾ, ਮੈਂ ਕਿਹਾ ਸਾਡੇ ਵੀ ਹੈਗੇ ਆ, ਉਹਨਾਂ 'ਚੋਂ ਵੀ ਨਹੀਂ ਜਾਂਦਾ। ਮੈਂ ਸੋਚਿਆ ਸਾਡੇ 'ਚ ਵੀ ਇੱਥੇ ਹੈਗੇ, ਉਹਨਾਂ 'ਚੋਂ ਵੀ ਨਹੀਂ ਜਾਂਦਾ। ਫਿਰ ਕਹਿਣਗੇ ਦਵਾ ਖੁਦਾ ਕਿਉਂ ਨਹੀਂ ਸੌਂਦਾ, ਇਸੇ ਨਹੀਂ ਤੇਰੀ ਸੌਂਦਾ, ਕਿਉਂਕਿ ਤੂੰ ਅਮਲ ਹੀ ਨਹੀਂ ਕੀਤਾ, ਤੂੰ ਸਿਰਫ ਵਿਸ਼ਵਾਸ ਕੀਤਾ ਭੂਤਾਂ ਵਾਂਗੂ, ਅਤੇ ਭੂਤਾਂ ਅਮਲ ਵੀ ਕਰ ਗਏ, ਡਰਦੇ ਵੀ ਰਹੇ, ਪਰ ਤੂੰ ਸਿਰਫ ਵਿਸ਼ਵਾਸ ਹੀ ਕੀਤਾ, ਤੂੰ ਭੂਤਾਂ ਨਾਲੋਂ ਵੀ ਮਾੜਾ। ਹਾਂਜੀ, ਭੂਤ ਤਾਂ ਚੰਗੇ ਡਰਦੇ ਕੰਬਦੇ ਹਨ, ਇਹ ਉਹਨੇ ਮਜ਼ਹਬ ਅਤੇ ਧਰਮ ਦੀਆਂ ਦੀਵਾਰਾਂ ਗਰਾਈਆਂ। ਉਹ ਮੈਸੇਜ ਮੈਨੂੰ ਅੱਛਾ ਲੱਗਾ, ਮੈਂ ਇਹਨੂੰ ਕਿਹਾ ਵੀ ਬਹੁਤ ਅੱਛਾ ਉਹਦਾ ਲੱਗਾ ਮੈਨੂੰ। ਉਹਨੇ ਲੋਕਾਂ 'ਚ ਬਾਹਰ ਕੱਢ ਕੇ ਲਿਆਂਦੀ,
ਅੱਛਾ ਲੱਗਾ ਕਹਿੰਦੀ ਮਸੀਹ ਵਿੱਚ ਅਸੀਂ ਸਾਰੇ ਕੀ ਹਾਂ, ਭੈਣ ਭਰਾ ਹਾਂ। ਜਾਤੀ ਪਾਤੀ ਦੀ ਗੱਲਾਂ ਕਰੀ ਉੱਥੇ, ਇਸੇ ਕਰਕੇ ਉਹ ਕਹਿੰਦੀ ਬਹੁਤੇ ਲੋਕ ਜਿਹੜੇ ਉਹ ਡਾਊਨ ਹੋ ਜਾਂਦੇ ਖੁਦਾ 'ਚ, ਆ ਗਏ ਆ ਖੁਦਾ 'ਚ ਪਰ ਚੱਲਦੇ ਨਹੀਂ। ਮੈਂ ਇੱਦਾਂ ਸਮਝਦਾ ਕੋਈ ਚਰਚੇ ਜ਼ਰੂਰ ਉੱਥੇ ਇੱਦਾਂ ਦੀ ਪਰੇਸ਼ਾਨੀ ਹੋ ਗਈ, ਉਹਨੂੰ ਪ੍ਰੀਚ ਕਰਨਾ ਪਿਆ, ਜ਼ਰੂਰ ਖੋਜਲ 'ਚ ਇੱਦਾਂ ਦੀ ਗੱਲ ਹੋਊਗੀ, ਉਹਨੂੰ ਪ੍ਰੀਚ ਕਰਨਾ ਪਿਆ ਇਸ ਗੱਲ ਦਾ। ਪਤਾ ਕਿਉਂ? ਉਹਨਾਂ 'ਚ ਹੈਗਾ ਅੱਛੇ ਕੱਪੜੇ ਪਾਏ, ਉਹ ਵੀ ਨਹੀਂ ਅੱਛਾ ਲੱਗਦਾ। ਜਿਹੜਾ ਮਸੀਹ ਵਿੱਚ ਆ, ਸਾਰੇ ਸਾਡੇ ਰਿਸ਼ਤੇਦਾਰ ਅਮੀਰ ਵੀ ਨਹੀਂ ਹੁੰਦੇ, ਛੱਡ ਦੇਈਦੇ। ਬੋਲੋ ਬੋਲੋ ਕਿ ਸਾਡੇ ਸਾਰੇ ਰਿਸ਼ਤੇ ਬਰਾਬਰ, ਸਾਡੇ ਰਿਸ਼ਤੇਦਾਰ ਕਿੰਨੇ ਦੇ ਕੋਠੀਆਂ ਕਿੰਨੇ ਦੀਆਂ ਬਹੁਤ ਅੱਛੀ ਆ, ਸਾਡੇ ਕੋਲ ਇੰਨਾ ਅੱਛਾ ਘਰ ਨਹੀਂ ਆ ਜਿੰਨਾ ਸਾਡੇ ਮਾਮਾ ਜੀ ਕੋਲ, ਬਹੁਤ ਪਤਾ ਨਹੀਂ ਕਿੰਨੇ ਕਿੱਲੇ ਜਗ੍ਹਾ ਪਿੱਛੇ, ਪਲਾਟ ਬੜਾ, ਗਰਾਊਂਡ ਮੰਗੂ ਖਰੀਦਿਆ, ਕੋਠੀ, ਇੱਦਾਂ ਦੇ ਕਿੰਨੇ ਰਿਸ਼ਤੇਦਾਰ ਆ ਸਾਡੇ। ਫਿਰ ਉਹਨਾਂ ਨੂੰ ਚਾਹੀਦਾ ਕਿ ਮੈਨੂੰ ਫੋਨ ਵੀ ਨਾ ਕਰਿਆ ਕਰਨ, ਉਹ ਸਾਡੇ ਕਿਹੜੇ ਲੈਵਲ ਦੇ। ਮਸੀਹ ਵਿੱਚ ਵੀ ਇਹੀ ਲਾਈਫ ਆ ਸਾਡੀ ਕਿ ਜਿਹੜੇ ਲੋਕ ਅਸੀਂ ਪ੍ਰਭੂ ਦੇ ਵਿੱਚ ਆ, ਹਾਂਜੀ, ਜੇ ਅਸੀਂ ਕਹਿੰਦੇ ਮਸੀਹ ਵਿੱਚ ਹਮ ਸਭ ਏਕ ਹੈ, ਨਾ ਯਹੂਦੀ ਨਾ ਯੂਨਾਨੀ ਨਾ ਮਰਦ ਨਾ ਆਜ਼ਾਦ ਨਾ ਗੁਲਾਮ, ਉੱਥੇ ਲਿਖਿਆ ਜਿਤਨੋਂ ਨੇ ਪ੍ਰਭੂ ਯਿਸੂ ਮਸੀਹ ਮੇਂ ਬਸਮਾ ਲਿਆ, ਮਸੀਹ ਵਿੱਚ ਸਾਰੇ ਕੀ ਹੋ ਗਏ, ਅਸੀਂ ਇੱਕ ਹੋ ਗਏ। ਪੌਲਸ ਉਸਨੇ ਇੱਦਾਂ ਲਿਖਿਆ, ਉੱਦਾਂ ਅਸੀਂ ਬੜੀਆਂ ਗੱਲਾਂ ਇੱਦਾਂ ਗੜਗ ਬਣੇ, ਪਰ ਇਹ ਬੀਜ ਹਾਲੇ ਬਹੁਤੇ ਲੋਕਾਂ ਦੇ ਅੰਦਰੋਂ ਜਾਂਦਾ ਨਹੀਂ ਪਿਆ, ਨਹੀਂ ਆ। ਉਹਦਾ ਪਿਛਲਾ ਮੈਸੇਜ 14-15 ਤਰੀਕ ਦਾ ਮੈਸੇਜ ਆ, ਉਹਦਾ ਉਹ ਸੁਣ ਲਈਓ ਕੱਢ ਕੇ, ਤੁਹਾਨੂੰ ਪਤਾ ਲੱਗ ਜਾਏ ਕਿ ਉਹਨੂੰ ਕੀ ਕਿਹਾ ਆ। ਮੈਨੂੰ ਅੱਛਾ ਲੱਗਾ, ਇਹੋ ਜਿਹਾ ਸਾਫ਼ ਸਾਫ਼ ਹੋਣਾ ਚਾਹੀਦਾ ਤਾਂ ਕਿ ਵਿਸ਼ਵਾਸੀ ਵਿੱਚੋਂ ਖਮੀਰ ਨਿਕਲ ਕੇ ਬਾਹਰ ਆ ਜਾਏ, ਜਿਹੜਾ ਖਮੀਰ ਹੈ ਪਾਪ ਦਾ। ਲੇਕਿਨ ਯਕੂਬ ਦਾ ਖੱਤ ਕੀ ਕਹਿ ਰਿਹਾ, ਅਮਲਾਂ ਦੇ ਵਾਜੋ ਤੇਰੀ ਨੇਚਾ ਕੀ ਆ। ਪੁੱਛਦੇ ਨਾ ਆ ਕੇ ਪਾਦਰੀ ਲੋਕ ਕਨਵੈਨਸ਼ਨ ਕਰਦੇ, ਕਿਤਨੇ ਵਿਸ਼ਵਾਸ ਕਰਦੇ, ਹੱਥ ਬੜੀ ਭੀੜ ਖੜੀ ਕਰੇਗੀ। ਇਹ ਉੱਦਾਂ ਹੀ ਆ, ਉਹ ਪਤਾ ਨਹੀਂ ਕੀ ਦੇਣ ਲੱਗੇ ਨਾ, ਕਿਤਨੇ ਵਿਸ਼ਵਾਸ ਕਰਦੇ ਹਾਂ, ਵਿਸ਼ਵਾਸ ਤਾਂ ਭੂਤ ਵੀ ਕਰ ਦੇਣਗੇ। ਅਮਲ ਕਿਤਨੇ ਅਮਲ ਕਰਦੇ ਹੈ ਕਿ ਯਿਸੂ ਅੱਜ ਕਿੰਨੇ 'ਤੇ ਰਹਿਮ ਕਰੇਗਾ, ਕੌਣ ਅਮਲ ਕਰੇਗਾ, ਮੈਂ ਚੱਲੂੰਗਾ ਪ੍ਰਭੂ ਤੇਰੇ ਅੱਜ ਵਾਚਾ ਬੰਦਾ ਮੇਰੇ 'ਤੇ ਦਿਆ ਕਰ। ਅਸੀਂ ਜਿਹੜੀ ਭੀੜ ਨੂੰ ਅਲਟਰ ਕੋਲ ਕਰਦੇ ਲੋਕ ਕਨਵੈਸ਼ਨ ਵਿੱਚ, ਇਹਨੂੰ ਇਹ ਥੋੜ੍ਹੇ ਕਹਿੰਦੇ ਕਿੰਨੇ ਲੋਕ ਅੱਜ ਕਹਿਣਗੇ ਕਿ ਮੈਂ ਆਪਣੇ ਪਾਪ ਛੱਡੂੰਗਾ, ਕਿੰਨਾ ਕਿੰਨਾ ਕੁ ਆਪਣੇ ਪਾਪ ਨੂੰ ਛੱਡ ਕੇ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰਨ ਜਾ ਰਿਹਾ ਮੈਂ। ਕਿੰਨੇ ਲੋਕ ਕਹਿੰਦੇ ਹਨ ਬਸਮਾ ਲਵਾਂਗੇ, ਕਿੰਨੇ ਲੋਕ ਕਹਿੰਦੇ ਆਪਣੀ ਜ਼ਿੰਦਗੀ ਨੂੰ ਅੱਜ ਦੇਣ ਜਾ ਰਹੇ ਹਨ, ਉਹ ਕਹਿੰਦੇ ਕਿੰਨੇ ਵਿਸ਼ਵਾਸ, ਵਿਸ਼ਵਾਸ ਤਾਂ ਪੀੜੀ ਕਰਦੀ, ਪੂਰੀ ਵਿਸ਼ਵਾਸ ਕਰਦੀ। ਇਹ ਪ੍ਰਚਾਰ ਇੰਨਾ ਬਿਹਤਰ ਨਹੀਂ ਹੈ, ਭੀੜ ਵਿਸ਼ਵਾਸ, ਭੀੜ ਤਾਂ ਵਿਸ਼ਵਾਸ ਕਰੇਗੀ, ਚਮਤਕਾਰ ਦੇਖ ਕੇ ਕਰੇਗੀ। ਯਸ ਉਸ ਨੂੰ ਜੀਵਨ ਕੌਣ ਦੇਣਾ ਚਾਹੁੰਦਾ, ਆਪਣੇ ਪਾਪ ਨੂੰ ਕੌਣ ਛੱਡਣਾ ਚਾਹੁੰਦਾ, ਤੌਬਾ ਕੌਣ ਕਰਨਾ ਚਾਹੁੰਦਾ, ਪਣ ਦਾ ਬਸਮਾ ਕੌਣ ਲੈਣਾ ਚਾਹੁੰਦਾ। ਇਹ ਅਸਲ 'ਚ ਮੈਸੇਜ ਆ ਬਾਈਬਲ ਦਾ, ਮਨ ਫਿਰਾਓ। ਮਨ ਫਿਰਾਉਣ ਦਾ ਮਤਲਬ ਕਿ ਇਹ ਵਿਅਕਤੀ ਅਮਲ ਕਰ ਰਿਹਾ ਹੈ ਖੁਦਾ ਦੇ ਕਲਾਮ 'ਤੇ, ਇਹਨੇ ਵਚਨ ਨੂੰ ਰਿਸੀਵ ਕੀਤਾ ਔਰ ਆਪਣਾ ਜੀਵਨ ਉਂਡੇਲ ਦਿੱਤਾ ਪਰਮੇਸ਼ੁਰ ਸਾਹਮਣੇ। ਇਹ ਗੱਲ ਆ, ਤੂੰ ਵਿਸ਼ਵਾਸ ਦੀ ਗੱਲ ਕਰਦਾ, ਮੈਂ ਤੈਨੂੰ ਆਪਣੇ ਅਮਲ ਦਿਖਾਉਣਾ। ਅਮਲਾਂ ਤੋਂ ਬਿਨਾਂ ਨੀਚਾ ਕੀ ਆ, ਫਿਨਿਸ਼। ਇਸ ਕਰਕੇ ਮੈਂ ਤੁਹਾਨੂੰ ਇਹ ਲਾਈਨਾਂ ਟੱਚ ਕਰਾਈਆਂ ਕਿ ਅੱਜ ਵੀ ਸਿਸਟਮ ਇੱਦਾਂ ਦਾ ਹੀ ਚੱਲ ਰਿਹਾ ਹੈ, ਠੀਕ ਆ। ਔਰ ਦੂਸਰੀ ਲਾਈਨ ਜਿਹੜੀ ਮੈਂ ਤੁਹਾਨੂੰ ਟੱਚ ਕਰਾਉਣਾ ਚਾਹੁੰਦਾ ਕਿ ਜਿਹੜਾ ਪਿਛਲੇ ਸੰਡੇ ਮੈਂ ਇੱਕ ਮੈਸੇਜ ਪ੍ਰਚਾਰ ਕੀਤਾ ਸੀ ਕਿ ਹਰ ਕੰਮ ਵਿੱਚ ਖੁਦਾ ਨੂੰ ਪਹਿਲ ਦੇਣੀ, ਬਾਈਬਲ ਦੇ ਮੁਤਾਬਕ, ਵਚਨ ਦੇ ਮੁਤਾਬਕ। ਤੁਸੀਂ ਮੈਂ ਤੁਹਾਨੂੰ ਇਹ ਵੀ ਕਿਹਾ ਸੀ, ਪੌਲਸ ਨੇ ਇੱਕ ਗੱਲ ਕਹੀ, ਕਹਿੰਦਾ ਤੁਸੀਂ ਇਹ ਨਾ ਕਹੀਓ ਕਿ ਮੈਂ ਤਾਂ ਤੂੰ ਇਸ ਗੱਲ ਦੀ ਇੱਛਾ ਰੱਖਦਾ ਹਾਂ, ਕਰੰਥੇ ਦਿਖਾਈ ਪੜ੍ਹਾਇਆ ਸਾਹ ਚੜ੍ਹ ਪੜ੍ਹਾਇਆ ਸੀ, ਹੈ ਨਾ, ਇਹ ਗੱਲ ਮੈਂ ਪੜ੍ਹਾਈ ਸੀ ਤੁਹਾਨੂੰ।
ਪਰ ਉਹ ਕਹਿੰਦਾ ਸੀ ਆਪਣੇ ਹੱਕ ਨੂੰ ਜਿਤਾਇਆ ਨਹੀਂ, ਤੁਹਾਨੂੰ ਸਿਖਾਉਣ ਕਰਕੇ ਮੈਂ ਕਹਿ ਰਿਹਾ ਕਰੰਥੀਓ, ਇਹ ਗੱਲ ਸਿਖਾਉਣ ਕਰਕੇ ਹੀ ਹੈ। ਸਿਖਾਉਣ ਕਰਕੇ ਕਿਹਾ ਆ ਕਿ ਤਾਂ ਕਿ ਤੁਸੀਂ ਕਿਸੇ ਬਰਕਤ ਤੋਂ ਵੰਚਿਤ ਨਾ ਰਹਿ ਜਾਓ। ਇਹ ਗੱਲ ਤੋਂ ਇਨਸਾਨ ਇਸ ਵਚਨ ਤੋਂ ਭੁੱਲ ਖਾ ਜਾਂਦਾ ਹੈ, ਆਦਮੀ ਛੱਡ ਜਾਂਦਾ ਹੈ ਉਹ ਜਗ੍ਹਾ ਨੂੰ, ਸਥਾਨ ਨੂੰ ਛੱਡ ਜਾਂਦਾ ਜਿੱਥੇ ਸਾਡੀ ਆਸ਼ੀਸ਼ ਆਣੀ ਆ, ਉਹ ਜਗ੍ਹਾ ਨੂੰ ਭੁੱਲ ਜਾਂਦਾ। ਦੂਸਰੀ ਲੈਣ, ਜਿਹੜਾ ਸਾਡਾ ਪਿਛਲਾ ਮੈਸੇਜ ਸੀ ਉਹ ਇਹ ਸੀ ਕਿ ਉਹ ਜਿਸ ਭਾਈ ਨੇ ਮੈਨੂੰ ਵਸਤਰ ਲੈ ਕੇ ਦਿੱਤੇ ਹੈ ਨਾ, ਮੈਨੂੰ ਇਹ ਵੀ ਨਹੀਂ ਕਿ ਮੈਨੂੰ ਉਹਨੇ ਵਸਤਰ ਲੈ ਕੇ ਦਿੱਤੇ, ਮੈਨੂੰ ਐਡੀ ਕੋਈ ਗੱਲ ਨਹੀਂ, ਪਤਾ ਨਹੀਂ ਕਿੰਨੇ ਵਸਤਰ ਮੈਂ ਉਹਦੀ ਦਇਆ ਨਾਲ, ਪਰਮੇਸ਼ੁਰ ਦੀ ਦਇਆ ਨਾਲ ਜੋ ਕੁਛ ਉਹ ਮੈਨੂੰ ਦਿੱਤੇ ਉਹਨੇ, ਮੈਂ ਉਹਦੇ ਦਿੱਤੇ ਹੋਏ ਵਿੱਚੋਂ, ਉਹਦੇ ਦਿੱਤੇ ਹੋਏ ਵਿੱਚੋਂ ਕਹਿ ਰਿਹਾ ਮੈਂ, ਉਹਦੇ ਦਿੱਤੇ ਹੋਏ ਵਿੱਚੋਂ ਮੈਂ ਲੋਕਾਂ ਨੂੰ ਲੈ ਕੇ ਦਿੱਤੇ, ਜਿਹੜੇ ਰੱਬ ਦੇ ਲੋਕ ਲੈ ਕੇ ਦਿੱਤੇ ਉਹਨੂੰ ਦੇ ਦਿੱਤੇ, ਲੈ ਕੇ ਉਹਨਾਂ ਦੀ ਇੱਛਾ ਦੇ ਮੁਤਾਬਿਕ ਨਾਲ ਲਿਜਾ ਕੇ ਦਿੱਤੇ ਮੈਂ ਉਹਨੂੰ ਕਈਆਂ ਨੂੰ। ਮੈਂ ਕਿਹਾ ਤੁਸੀਂ ਲੈ ਲਓ ਜੋ ਤੁਹਾਨੂੰ ਅੱਛਾ ਲੱਗਦਾ। ਪਤਾ ਕਿਉਂ? ਕਿਉਂਕਿ ਇਹ ਕਲਾਮ ਜਿਹੜਾ ਮੈਂ ਪ੍ਰਚਾਰ ਕੀਤਾ ਉਹ ਮੇਰੇ ਲਈ ਵੀ ਉਹੀ ਹੈ ਅਤੇ ਤੁਹਾਡੇ ਲਈ ਵੀ। ਇਕੱਲਾ ਮੈਂ ਤੁਹਾਨੂੰ ਨਹੀਂ ਪ੍ਰੀਚ ਕਰ ਰਿਹਾ, ਮੈਂ ਪ੍ਰੀਚ ਨਹੀਂ ਕਰ ਰਿਹਾ, ਬਲਕਿ ਉਹ ਮੇਰੇ ਲਈ ਵੀ ਓਨਾ ਜ਼ਰੂਰੀ ਆ। ਮੈਂ ਵੀ ਇੱਦਾਂ ਕਰਦਾ ਹਾਂ ਅਤੇ ਤਾਂ ਮੈਂ ਪ੍ਰਚਾਰ, ਮੈਨੂੰ ਕਰਨ ਦਾ ਹੱਕ ਆ। ਬਾਈਬਲ ਕਹਿੰਦੀ ਦੁਸ਼ਟ ਨੂੰ ਕੀ ਹੱਕ ਆ ਮੇਰਾ ਵਚਨ ਦੀਆਂ ਗੱਲਾਂ ਕਰੇ, ਜਦ ਮੈਂ ਚੱਲਣਾ ਹੀ ਨਹੀਂ ਤਾਂ ਮੈਨੂੰ ਹੱਕ ਕੀ ਹੈ। ਲੇਕਿਨ ਬਾਈਬਲ ਦੀ ਇੱਕ ਲਾਈਨ ਔਰ ਮੈਂ ਤੁਹਾਨੂੰ ਕੋਟ ਕਰਨਾ ਚਾਹੁੰਦਾ, ਆਈਏ ਯੋਹੰਨਾ ਰਤੀ ਸੁਸਮਾਚਾਰ, ਉਹਦਾ 2 ਚੈਪਟਰ ਬੜੀ ਮਸ਼ਹੂਰ ਲਾਈਨ, ਅਤੇ ਲੋਕ ਇਹਨੂੰ ਅੱਜ ਕੱਲ੍ਹ ਤਾਂ ਨਹੀਂ ਪ੍ਰੀਚ ਕਰਦੇ ਵੈਸੇ, ਲੋਕ ਇਹਨੂੰ ਕਦੀ ਕਦੀ ਪਹਿਲੇ ਸਮੇਂ 'ਚ ਪ੍ਰਚਾਰ ਕਰਦੇ ਸੀ, ਮੇਰੇ ਸਮੇਂ 'ਤੇ ਜਾਂ ਕਿਤੇ ਕਿਤੇ ਪਾਸਟਰ ਲੋਕ ਜਿਹੜੇ ਸੀ ਉਹ ਕਰਦੇ ਸੀ ਕਾਨਾਗਲੀ 'ਤੇ। ਮੈਂ ਤੁਹਾਨੂੰ ਉਹਦੇ 'ਤੇ ਇੱਕ ਔਰ ਲਾਈਨ ਬੋਲਣਾ ਚਾਹੁੰਦਾ ਹਾਂ, ਆਈਏ ਯੋਹੰਨਾ ਰਤੀ ਸੁਸਮਾਚਾਰ 2 ਚੈਪਟਰ ਦੀ ਪਹਿਲੀ ਹੈ। ਤੀਏ ਦਿਨ ਗਲੀਲ ਦੇ ਕਾਨਾ ਵਿੱਚ ਇੱਕ ਵਿਆਹ ਹੋਇਆ, ਹਾਂ, ਅਤੇ ਯਸੂ ਦੀ ਮਾਤਾ ਉੱਥੇ ਸੀ। ਯਸੂ ਔਰ ਉਹਦੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ। ਸੁਣੀਏ, ਯਸੂ ਸੀ ਜਿਹਨੂੰ ਬੁਲਾਇਆ ਵਿਆਹ 'ਤੇ, ਅਤੇ ਉਹਦੇ ਚੇਲਿਆਂ ਨੂੰ ਵੀ ਬੁਲਾਇਆ ਗਿਆ, ਬੁਲਾਇਆ ਵਿਆਹ 'ਤੇ ਬੁਲਾਇਆ, ਹਾਂਜੀ। ਪਰ ਪ੍ਰਭੂ ਦਾ ਧੰਨਵਾਦ ਆ, ਉਸ ਵਿਆਹ 'ਚ DJ ਨਹੀਂ ਸੀ ਚੱਲਦਾ, ਹਾਂਜੀ, ਉਸ ਵਿਆਹ 'ਚ ਪੰਜਾਬੀ ਗੀਤ ਨਹੀਂ ਸੀ ਚੱਲਦੇ ਪਏ, ਹਾਂਜੀ, ਉੱਥੇ ਇੱਦਾਂ ਦਾ ਕੋਈ ਸਿਸਟਮ ਨਹੀਂ ਸੀ, ਅਤੇ ਨਾ ਹੀ ਉੱਥੇ ਸ਼ਰਾਬ ਚੱਲਦੀ ਸੀ। ਬਾਈਬਲ ਦੇ ਮੁਤਾਬਕ ਮੈਂ ਲਿਖਿਆ, ਮੈਂ ਸ਼ਰਾਬ ਨਹੀਂ ਹੁੰਦੀ, ਮੈਂ ਵਾਈਨ ਹੁੰਦੀ। ਯਹੂਦੀ ਲੋਕ ਕੀ ਕਰਦੇ ਸੀ, ਜੇ ਉਹਨਾਂ ਦੇ ਗੈਸਟ ਆਉਂਦੇ ਸੀ, ਉਹਨਾਂ ਦਾ ਅੰਗੂਰ ਬਹੁਤ ਹੁੰਦਾ ਸੀ, ਉਹਨਾਂ ਦੇ ਬਾਗ ਹੁੰਦੇ ਸੀ, ਉਹਨਾਂ ਦਾ ਰਸ ਕੱਢ ਕੇ ਬਰਾਤ ਨੂੰ ਸਭ ਤੋਂ ਪਹਿਲਾਂ ਰਸ ਪਿਲਾਉਂਦੇ। ਬੋਲੋ ਕਾਹਦਾ ਰਸ? ਜਿੱਦਾਂ ਹੁਣ ਆਪਾਂ ਕਹਿੰਦੇ ਨਾ ਡੱਬਾ ਲੈ ਕੇ ਆਉਂਦੇ 100 ਰੁਪਏ ਦਾ, ਕੋਈ ਗੈਸਟ ਆ ਜੇ ਮਿਕਸ ਜੂਸ ਦੇ ਦਿਓ, ਅੰਗੂਰਾਂ ਦਾ ਇਕੱਲਾ ਲੈ ਲਓ, ਐਪਲ ਦਾ ਲੈ ਲਓ। ਉਸ ਵੇਲੇ ਯਹੂਦੀ ਰੀਤੀ ਦੇ ਮੁਤਾਬਕ, ਉਹਨਾਂ ਦੇ ਰਸਮ ਤੱਕ ਲੋਕ ਜੂਸ ਕੁੱਟ ਕੇ ਅੰਗੂਰਾਂ ਦਾ ਪਲੋ ਜਿਹੜਾ ਆਉਂਦਾ ਸੀ ਗੈਸਟਾਂ ਨੂੰ ਕੀ ਪਿਲਾਉਂਦੇ ਸੀ, ਅਤੇ ਫਿਰ ਉਹਦਾ ਗੈਸਟ ਜਿਹੜਾ ਆਉਂਦਾ ਸੀ ਉਹ ਕਦੇ ਜੂਮਦਾ ਵੀ ਨਹੀਂ ਸੀ ਅੰਗੂਰ ਦਾ ਰਸ ਪੀ ਕੇ ਦਿੰਦਾ, ਨਾ ਗਾਲਾਂ ਕੱਢਦਾ ਸੀ, ਹਾਂਜੀ। ਉਹਨਾਂ ਦੀ ਇੱਕ ਰੀਸ ਸੀ ਕਿ ਰਿਸਪੈਕਟ ਕਰਨੀ, ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਉਹਨੂੰ ਆ ਕੇ, ਹੈ ਨਾ, ਹੁਣ ਰਿਸ਼ਤੇਦਾਰ ਆਉਂਦਾ ਉਹਨੂੰ ਬਰਾਤ ਵਿੱਚ ਪੈਗ ਪਲਾਏ ਜਾਂਦੇ, ਨਹੀਂ ਪਾਲਟੀ ਨਹੀਂ ਵੱਜਦੀ, ਫੇਰ ਹੀ ਕਹਿੰਦਾ ਐਵੇਂ ਨਾ ਵੱਢਿਆ ਜਾਈ ਹੋਏ, ਅਤੇ ਉਹਨਾਂ ਦਾ ਜਵਾਈ ਵੀ ਨੱਚਦਾ ਕਰਕੇ ਆਉਂਦਾ, ਹੈ ਨਾ। ਬੋਲੋ, ਇਹ ਸੁਣੀਏ ਖਿਆਲ ਨਾਲ, ਬਾਈਬਲ ਨੂੰ ਰੱਖ ਲੈਣਾ ਅਲੱਗ ਗੱਲ ਆ,
ਬਾਈਬਲ ਨੂੰ ਪੜ੍ਹ ਲੈਣਾ ਅਲੱਗ ਗੱਲ ਆ, ਹਾਂਜੀ ਬਾਈਬਲ ਸੁਣਨੀ ਅਲੱਗ ਗੱਲ ਆ, ਬਾਈਬਲ 'ਤੇ ਚੱਲਣਾ। ਜ਼ੋਰ ਦੀ ਬੋਲੀਏ, ਜ਼ੋਰ ਦੀ ਬੋਲੀਏ, ਚੱਲਣਾ ਅਲੱਗ ਗੱਲ ਆ। ਚੱਲਣ ਵਾਲੇ ਲੋਕ ਬਹੁਤ ਘੱਟ ਨੇ, ਰੱਖਣ ਵਾਲੇ ਅੰਗਰੇਜ਼ੀ ਹਿੰਦੀ ਪੰਜਾਬੀ ਬਹੁਤ ਰੱਖੀਆਂ ਲੋਕਾਂ ਨੇ। ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲ ਬਾਈਬਲ ਦੇਖੀਏ। ਇਹ ਮੈਂ ਲੋਕਾਂ ਦਾ ਕਰਿਆ ਨਾ, ਐਸੀ ਕਰੋ ਇੰਗਲਿਸ਼ ਕਿਉਂ ਠਾ ਕਰ ਲਓ ਬੇਟਾ? ਮੈਂ ਕਿਹਾ ਮੈਨੂੰ ਤਾਂ ਅੱਗੇ ਨਹੀਂ ਆਉਂਦੀ, ਮੈਨੂੰ ਕੀ ਪੜ੍ਹਾਉਣਾ। ਸੁਣੀਏ, ਉਹ ਦੱਸਣਾ ਚਾਹੁੰਦੇ ਕਿ ਮੈਂ ਅੰਗਰੇਜ਼ੀ 'ਚ ਜ਼ਿਆਦਾ ਅੱਛਾ ਲਿਖਿਆ ਆ। ਜਿੰਨਾ ਮਰਜ਼ੀ ਅੱਛਾ ਲਿਖਿਆ, ਗੱਲ ਤਾਂ ਅਮਲਾਂ ਦੇਣ ਵਾਲਾ, ਤੇਰੀ ਨੇਚਾ ਹੀ ਨੇਚਾ ਆ, ਤੇਰੇ ਅਮਲ ਕਿੱਥੇ ਹਨ? ਇੱਥੇ ਲਿਖਿਆ ਇਸ ਬਰਾਤ ਵਿੱਚ ਵੀ ਅਮਲ ਕੋਈ ਨਹੀਂ ਆ, ਸਿਰਫ ਵਿਸ਼ਵਾਸ ਹੀ ਆ। ਔਰ ਕੀ ਲਿਖਿਆ ਪੜ੍ਹੀਏ? ਜਾਂ ਮੈਂ ਮੁੱਕ ਗਈ। ਸੁਣੀਏ, ਸ਼ਾਦੀ ਵਿੱਚ ਕੀ ਮੁੱਕ ਗਈ? ਮੈਂ ਮੁੱਕ ਗਈ। ਬੋਲੋ ਕੀ ਮੁੱਕ ਗਈ? ਕਾਹਦੀ ਸੀ? ਅੰਗੂਰਾਂ ਦੀ, ਅੰਗੂਰਾਂ ਦਾ ਰਸ ਮੁੱਕ ਗਿਆ। ਔਰ ਤਾਂ ਯਸੂ ਦੀ ਮਾਤਾ ਨੇ ਉਸਨੂੰ ਆਖਿਆ ਕਿ ਮਾਤਾ ਜੀ ਵੀ ਗਏ ਨਾ ਰਹੀ। ਕਈ ਵਾਰੀ ਵਿਆਹ 'ਚ ਸਿਰਫ ਪਾਦਰੀ ਸਾਹਿਬ ਨੂੰ ਕਾਰਡ ਆਉਂਦਾ, ਮਾਤਾ ਜੀ ਨੂੰ ਨਹੀਂ ਹੁੰਦਾ ਹੈ, ਇੱਦਾਂ ਵੀ ਚੱਲਦਾ ਨਾ। ਇੱਥੇ ਮਾਂ ਨੂੰ ਵੀ ਸੱਦਾ, ਨਾਲ ਚੇਲੇ ਅੱਛੇ ਅੱਛੇ ਉਹਨੂੰ ਵੀ ਕਿਹਾ ਤੁਸੀਂ ਵੀ ਆਇਓ ਜੀ, ਵਿਆਹ 'ਚ ਹਾਜ਼ਰੀ ਰਾਈ ਹੈ। ਪਰ ਹੁਣ ਤਾਂ ਨਿਉਤਾ ਵੀ ਕੋਈ ਦੇ ਦੇਵੇ, ਇੱਥੇ ਅਨਾਊਂਸ ਵੀ ਕਰ ਦਵਾਂ ਮੈਂ ਕਿ ਵਿਆਹ 'ਚ ਬੁਲਾਇਆ ਉਹਨਾਂ ਦੇ ਪ੍ਰੋਗਰਾਮ ਆ। ਲੇਬਲ ਨਹੀਂ ਨਾ ਬਰਾਬਰ ਦਾ, ਜਾਣਾ ਕਿੱਦਾਂ? ਕੋਈ ਅੱਛੀ ਹੋਵੇ, ਲੇਬਲ ਹੋਵੇ, ਕਿਤੇ ਅੱਛੇ ਰੈਸਟੋਰੈਂਟ 'ਚ ਬਹੁਤ ਅੱਛਾ ਹੋਵੇ, ਜਾਂ ਕਿਤੇ ਅੱਛਾ ਖਾਣਾ, ਫੇਰ ਮੈਂ ਜਾਊਂਗਾ। ਫਿਰ ਪੁੱਛਣਗੇ ਕਿੱਦਾਂ ਦਾ ਰਿਹਾ ਪ੍ਰੋਗਰਾਮ, ਅਤੇ ਤੂੰ ਚਲਾ ਹੀ ਜਾਂਦਾ, ਤੂੰ ਇੰਨੇ ਨੂੰ ਪੁੱਛਦਾ ਫੋਨ ਕਰਕੇ, ਚਲਾ ਹੀ ਜਾ, ਖੁਦ ਹੀ ਚਲ ਜਾ। ਹਾਂਜੀ ਫੋਨ ਕਿੱਦਾਂ ਰਿਹਾ? ਘਰੇ ਫੋਨ ਕਰ ਪੁੱਛਣਾ, ਇਹ ਵੀ ਕਾਦਤ ਤਾਂ ਪਤਾ ਕਿਹੜੀ, ਨਿੰਦਿਆ ਚੁਗਲੀ ਦੇਖਣੀ ਕੀ ਹੋਇਆ ਤੇ, ਕੌਣ ਕੌਣ ਗਿਆ ਸੀ ਇਹ ਵੀ ਪੁੱਛਦੇ। ਫਿਰ ਇਹ ਵੀ ਪੁੱਛਦੇ ਕਿ ਪਾਸਟਰ ਦੀ ਗੱਡੀ 'ਚ ਕੌਣ ਬੈਠਾ ਸੀ, ਇਹ ਵੀ ਪੁੱਛਿਆ ਜਾਂਦਾ, ਉਹਨਾਂ ਦੇ ਨਾਲ ਕੌਣ ਸੀ? ਤੈਨੂੰ ਇੰਨਾ ਸ਼ੌਂਕ ਆ ਤੂੰ ਚੱਲ ਪੈਂਦਾ ਨਾਲ। ਅੱਛਾ ਅੱਜ ਕੱਲ੍ਹ ਪਾਰੀ ਸਾਹਿਬ ਨੂੰ ਨਾਮ ਬਹੁਤ ਆ, ਅੱਜ ਕੱਲ੍ਹ ਉਹਨੂੰ ਲੈ ਕੇ ਜਾ ਰਹੇ, ਇਹ ਪਾਪੀ ਸੁਭਾਅ ਆ, ਅੱਛਾ ਨਹੀਂ ਹੈ, ਇਹ ਵੀ ਤੇਰੀਆਂ ਪ੍ਰਾਰਥਨਾ 'ਚ ਵਾਧਾ ਪਾਏਗਾ, ਤੈਨੂੰ ਖੁਦਾ ਦੇ ਰਾਜ 'ਚ ਰੁਕੇਗਾ। ਪੜ੍ਹੀਏ ਕੀ ਲਿਖਿਆ। ਯਸੂ ਨੇ ਉਹਨੂੰ ਆਖਿਆ, ਯਸੂ ਮਸੀਹ ਨੇ ਉਹਨੂੰ ਆਖਿਆ, ਬੀਬੀ ਜੀ, ਬੀਬੀ ਜੀ, ਮੈਨੂੰ ਤੈਨੂੰ ਕੀ? ਮਾਤਾ ਨੇ ਕਿਹਾ, ਮਾਤਾਵਾਂ ਨੂੰ ਬਹੁਤ ਫਿਕਰ ਹੁੰਦਾ ਕਈਆਂ ਨੂੰ, ਬਜ਼ੁਰਗ ਜਿਹੜੀਆਂ ਮਾਤਾ ਹੁੰਦੀਆਂ ਉਹਨੂੰ ਬੜਾ ਬੋਝ ਹੁੰਦਾ ਵਿਆਹ ਵਿੱਚ, ਹੈ ਨਾ, ਉਹ ਫਲਾਣੇ ਦਾ ਕਰਤਾ, ਉਹਨਾਂ ਨੂੰ ਖਾਣਾ ਭੇਜਤਾ, ਹੈਂਜੀ ਤੇਰਾ ਚਾਚਾ ਐਸੇ ਉਹਨੂੰ ਪੁੱਛਿਆ ਕਿ ਨਹੀਂ ਪੁੱਛਿਆ, ਬੜਾ ਬੋਝ ਹੁੰਦਾ। ਇਹ ਵੀ ਪੁੱਛਦੀ ਪਈ ਹੈ ਕਿ ਮੈਂ ਮੁੱਕ ਗਈ ਆ, ਯਸੂ ਕਹਿੰਦਾ ਬੀਬੀ ਤੈਨੂੰ ਮੈਨੂੰ ਕੀ ਲੈਣਾ? ਅਤੇ ਇਹ ਬੀਬੀ ਇੱਦਾਂ ਦੀ ਹੋਵੇ, ਤੂੰ ਤਾਂ ਮੇਰਾ ਆਦਰ ਨਹੀਂ ਕਰਦਾ, ਤੇਰੇ ਕੋਲ ਰਹਿਣਾ ਹੀ ਨਹੀਂ ਮੈਂ, ਤੈਨੂੰ ਤਾਂ ਪਤਾ ਹੀ ਨਹੀਂ ਬੋਲਣ ਦਾ, ਮੈਂ ਤਾਂ ਪੁੱਛਿਆ ਹੀ ਆ ਤੈਨੂੰ, ਇਹ ਪੁੱਛਿਆ ਨਾ ਕਿ ਮੈਂ ਮੁੱਕ ਕੇ ਕਰਦੇ, ਤਾਂ ਤੂੰ ਮੈਨੂੰ ਜਵਾਬ ਦੇ ਰਹੀ ਆ ਬੇਟਾ ਇੱਦਾਂ? ਨਹੀਂ ਨਹੀਂ ਮੈਂ ਤਾਂ ਮੈਂ ਤੈਨੂੰ ਪਾਲ ਪੋਸ਼ ਕਰ। ਕਈ ਵਾਰੀ ਬੱਚੇ ਵੀ ਤਾਂ ਮਾਂ ਬਾਪ ਨੂੰ ਕਹਿੰਦੇ ਆ, ਕਹਿੰਦੇ ਆ, ਉਹ ਕਹਿੰਦੇ ਵੀ ਕਈ ਵਾਰੀ ਬੱਚੇ ਕਹਿੰਦੇ ਮੰਮੀ ਥੜ ਪਰ ਤੈਨੂੰ ਕੀ ਲੈਣਾ, ਮੈਂ ਤੈਨੂੰ ਕੀ ਪੁੱਛ ਲਿਆ, ਮੈਂ ਤੈਨੂੰ ਨਹੀਂ ਪੁੱਛਿਆ, ਆਰਾਮ ਨਾਲ ਜਵਾਬ ਦਿਆ। ਉਹਨੇ ਕਿਹਾ ਬੀਬੀ ਤੈਨੂੰ ਮੈਨੂੰ, ਮੈਂ ਤਾਂ ਤੁਹਾਡੇ ਘਰਾਂ ਦੀਆਂ ਗੱਲਾਂ ਦੱਸ ਰਿਹਾ, ਤਾਂ ਹੁੰਦਾ ਆ, ਹੈ ਨਾ, ਬੀਬੀ ਤੈਨੂੰ ਮੈਨੂੰ ਕੀ? ਔਰ ਮੇਰਾ ਸਮਾਂ ਅਜੇ ਨਹੀਂ ਆਇਆ। ਮਾਤਾ ਜੀ, ਮੰਮੀ ਜੀ, ਮੇਰਾ ਸਮਾਂ ਹਲੇ ਨਹੀਂ ਆਇਆ। ਔਰ ਉਸਦੀ ਮਾਤਾ ਨੇ ਟੈਲੂਆਂ ਨੂੰ ਆਖਿਆ, ਹਾਂ, ਜੋ ਕੁਝ ਤੁਹਾਨੂੰ ਕਹੇ ਸੋ ਕਰੋ। ਅਤੇ ਆ ਕੇ ਮਾਤਾ ਕੋ ਆ ਕੇ ਆ ਗਏ, ਉਹ ਕਹਿੰਦਾ ਮੇਰਾ ਸਮਾਂ ਨਹੀਂ ਆਇਆ। ਉਹ ਕਹਿੰਦੀ ਵੀ ਜੋ ਇਹ ਕਹਿੰਦਾ ਯਸੂ, ਉਹਦੀ ਮਾਂ ਨੇ ਤਾਂ ਦੇ ਕਹਿਣਾ ਸੀ, ਬੁਲਾਉਣਾ ਸੀ, ਜੋ ਇਹ ਕਹਿੰਦਾ ਕਾਕਾ ਉਹੀ ਕਰੋ, ਬੋਲੋ ਮੇਰਾ ਪੁੱਤ ਕਹਿੰਦਾ ਉਹੀ ਕਰੀਓ, ਕਿਉਂਕਿ ਮਾਂ ਨੂੰ ਪਤਾ ਮੇਰਾ ਬੇਟਾ ਕੀ ਆ, ਹਰ ਮਾਂ ਨੂੰ ਪਤਾ ਮੇਰੀ ਬੇਟੀ ਕੀ ਆ,
ਹਰ ਬਾਪ ਨੂੰ ਪਤਾ ਮੇਰਾ ਪੁੱਤਰ ਕੀ ਆ, ਹਰ ਬਾਪ ਨੂੰ ਪਤਾ ਮੇਰਾ ਬੇਟਾ ਕੀ ਆ, ਪਰ ਫਿਰ ਵੀ ਜਿਹੜਾ ਗਲਤੀ ਕਰਕੇ ਆਏਗਾ ਪਰਦੇ ਪਾਉਣ ਕੇ, ਨਹੀਂ 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 ਉਹ ਤੁਹਾਡੇ ਦੀ ਹੋਣੀ ਹੈ, ਪਰਦੇ ਪਾਉਣ ਦੀ ਕੁਛ, ਇਹ ਝੂਠਾ ਵਿਸ਼ਵਾਸੀ ਆ, ਉਹਨੂੰ ਕਵੇ ਮੈਨੂੰ ਪਤਾ ਆ ਤੂੰ ਕੀਤੀ ਹੋਣੀ ਗਲਤੀ, ਇਹਦਾ ਕੋਈ ਮਾਂ ਬਾਪ ਨਹੀਂ ਕਹਿੰਦਾ, ਪਰਦਾ ਪਾਉਂਦਾ ਵਿਸ਼ਵਾਸੀ ਔਰ ਜਵਾਨ ਦਾ ਪਾਪ ਕਰਦਾ, ਇਹ ਵੀ ਨਰਕ 'ਚ ਜਾਣੇ। ਜਿਹੜੇ ਮਾਂ ਬਾਪ ਪਰਦੇ ਪਾਉਂਦੇ ਨਾ ਆਪਣੇ ਬੱਚਿਆਂ 'ਤੇ, ਇਹ ਵੀ ਨਰਕ 'ਚ ਜਾਣੇ ਆ। ਮੁੰਡਾ ਠੀਕ ਨਹੀਂ ਹੈ ਤੇਰਾ, ਕੁੜੀ ਨੂੰ ਠੀਕ ਨਹੀਂ ਰੱਖਦਾ, ਉਹ ਆ ਕੇ ਸ਼ਿਕਾਇਤ ਕਰਦੇ ਹਨ, ਲੜਾਈ ਝੜਾ, ਨਹੀਂ ਨਹੀਂ ਮੇਰਾ ਮੁੰਡਾ ਬਹੁਤ ਅੱਛਾ, ਤੁਹਾਡੀ ਕੁੜੀ ਦੀਆਂ ਆਦਤਾਂ ਚੰਗੀਆਂ ਨਹੀਂ ਹੈ। ਇਹ ਵੀ ਨਰਕ 'ਚ ਜਾਣੀ ਸੱਸ, ਇਹ ਵੀ ਜਿਹੜੀ ਮਾਂ ਆ ਮੁੰਡੇ ਦੀ ਵੀ ਨਰਕ 'ਚ ਜਾਣੀ, ਪਿਓ ਵੀ ਉਹਦਾ ਜੇ ਬੋਲਦਾ ਨਹੀਂ ਸਾਡਾ ਮੁੰਡਾ ਠੀਕ ਆ, ਇਹਨੇ ਵੀ ਨਰਕ 'ਚ ਜਾਣਾ। ਕਿਉਂਕਿ ਬਾਈਬਲ ਦੇ ਮੁਤਾਬਿਕ ਅਸੀਂ ਪਾਪ ਨੂੰ ਕੀ ਕਰਦੇ ਨੇ ਆ, ਦੱਸਦੇ ਨਹੀਂ ਆ ਕਿ ਤੇਰੀ ਗਲਤੀ ਆ, ਤੂੰ ਕੀਤਾ ਹੁਣ ਤਾਂ ਹੋਇਆ, ਅਸੀਂ ਪਰਦੇ ਪਾਉਂਦੇ, ਉਹ ਬੱਚਾ ਖ ਵਿਗੜ ਜਾਂਦਾ। ਫਿਰ ਦੁਆ ਕਰੀਓ ਪਾਰੀ ਸਾਹਿਬ ਹੋ ਜਾਏ, ਇਹੋ ਜਿਹੀ ਦੁਆ ਖੁਦਾ ਨੇ ਨਹੀਂ ਕਦੀ ਸੁਣਨੀ। ਖੁਦਾ ਨੂੰ ਤਾਂ ਸਪਸ਼ਟਵਾਦੀ ਵਿਸ਼ਵਾਸੀ ਚਾਹੀਦੇ ਆ, ਸਪਸ਼ਟ ਸਾਫ਼ ਸਾਫ਼ ਗੱਲਾਂ ਵਾਲੇ, ਉਹਦੀ ਦੁਆ ਸੁਣੀ ਜਾਏਗੀ, ਬਾਈਬਲ ਇੱਦਾਂ ਹੀ ਕਹਿੰਦੀ। ਔਰ ਕੀ ਲਿਖਿਆ ਪੜ੍ਹੀਏ, ਅਤੇ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ, ਹੁਣ ਆਈ ਗੱਲ, ਯਹੂਦੀਆਂ ਦੀ ਸ਼ੁੱਧ ਕਰਨ ਦੀ ਰੀਤ ਦੇ ਅਨੁਸਾਰ ਪੱਥਰ ਦੇ 6 ਮੱਟ ਉੱਥੇ ਧਰੇ ਹੋਏ ਸਨ, ਹਾਂ, ਜੋ ਹਰੇਕ ਵਿੱਚ 2 ਜਾਂ 3 ਮਣ ਜਲ ਪੈਂਦਾ ਸੀ। ਯਸੂ ਨੇ ਉਹਨਾਂ ਨੂੰ ਵਿਆਹ 'ਚ ਬੁਲਾ ਲਿੱਤਾ, ਸ਼ਾਦੀ 'ਤੇ ਨਾ ਚੇਲਿਆਂ ਨੂੰ ਕਿਸੇ ਨੇ ਪੁੱਛਿਆ ਅਤੇ ਨਾ ਯਸੂ ਮਸੀਹ ਨੂੰ ਕਿਸੇ ਨੇ ਪੁੱਛਿਆ। ਜਦ ਤੱਕ ਤਾਂ ਸਿਸਟਮ ਚੱਲਦਾ ਰਿਹਾ ਤਦ ਤੱਕ ਤਾਂ ਬਹੁਤ ਅੱਛਾ ਸੀ, ਕਿਸੇ ਨੇ ਪੁੱਛਿਆ, ਜਿਲੇ ਖਤਮ ਹੋ ਗਿਆ ਸਿਸਟਮ ਉਸ ਲਈ ਪੁੱਛਿਆ। ਅੱਜ ਵੀ ਲੋਕ ਇੱਦਾਂ ਹੀ ਆ, ਇੱਦਾਂ ਹੀ ਆ, ਵਿਆਹ 'ਚ ਬੁਲਾ ਲੈਂਦੇ ਹਨ, ਮੁੜ ਕੇ ਨਹੀਂ ਪੁੱਛਦੇ, ਇੱਦਾਂ ਕਰਦੇ ਲੋਕ। ਮੈਂ ਮੇਰਾ ਤਜ਼ਰਬਾ ਆ, ਉੱਥੇ ਮੈਂ ਕਹਿੰਦਾ ਕਿਤੇ ਕੁੜੀ ਖੇਲਣ ਲੱਗ ਜਾਵੇ, ਹਾਂਜੀ ਇੱਦਾਂ ਹੋਇਆ ਇੱਕ ਜਗ੍ਹਾ ਹੋ ਗਿਆ, ਉਹ ਕੁੜੀ ਉਹਨਾਂ ਨੇ ਬਿਨਾਂ ਭੂਤ ਕੱਢੇ ਪਾਦਰੀ ਸਾਹਿਬ ਨੇ ਕਿਤੇ ਇਹਦੇ ਕਰਾਤਾ ਵਿਆਹ ਰਿਸ਼ਤਾ, ਉਹ ਕੁੜੀ ਉੱਧਰੋਂ ਫੇਰੇ ਹੋਣ ਉੱਧਰੋਂ ਖੇਲੀ ਜਾਵੇ। ਉਹ ਕਹਿੰਦਾ ਉਹ ਅੱਗੇ ਪਿੱਛੇ, ਮੈਂ ਦੱਸਣਾ ਚਾਹੁੰਦਾ ਇਹ ਹੁੰਦੇ ਹਾਦਸੇ ਹੋ ਜਾਂਦੇ, ਹੈਂਜੀ ਹੈਂਜੀ, ਉੱਧਰ ਹਾਦਸੇ ਕਹਿੰਦਾ ਉੱਧਰ ਸ਼ਾਦੀ ਪੜੀ, ਸੋਰੀ ਫੇਰੇ ਕਹਿੰਦਾ ਉੱਧਰੋਂ ਸ਼ਾਦੀ ਪੜੀ ਉੱਧਰੋਂ ਪ੍ਰੇਅਰ ਉਹਨੇ ਕੀਤੀ ਅਤੇ ਉਹ ਇਹਦਾ ਸਿਸਟਮ ਚੱਲ ਪਾਉਂਦੇ। ਫਿਰ ਕਹਿੰਦੇ ਪਰ ਸਾਹਿਬ ਦੁਆ ਕਰੋ ਦੁਆ ਕਰੋ, ਉਹ ਜਿੰਦਰ ਵਿਚਾਰਾ ਬੈਠਾ ਉਹਨੂੰ ਚਾਹ ਵੀ ਨਹੀਂ ਪੁੱਛੀ, ਹੁਣ ਕਹਿੰਦੇ ਪ੍ਰੇਅਰ ਕਰੋ, ਸਾਹਿਬ ਭਰਾ ਤਾਂ ਬੜਾ ਕੰਮ ਖਰਾਬ, ਜੇ ਨਾ ਠੀਕ ਹੋਈ ਫੇਰ ਕਿੱਦਾਂ ਹੋਊਗਾ। ਅਤੇ ਮਾਂ ਵੀ ਉੱਚੀ ਹਾਲੋ ਲੁਈਆ ਹਾਲ, ਉੱਦਾਂ ਉਹਨੇ ਕਦੀ ਬੋਲਿਆ ਨਹੀਂ, ਹੁਣ ਹਾਲੋ ਲੁਈਆ, ਇੱਦਾਂ ਦੇ ਨਜ਼ਾਰੇ ਵੀ ਦੇਖਣ ਨੂੰ ਮਿਲਦੇ ਆ। ਇਹ ਸੱਚਾਈ ਆ, ਸੱਚਾਈ ਬੋਲ ਰਿਹਾ ਮੈਂ। ਇਸ ਕਰਕੇ ਯਸਮ ਸੀਜ਼ਨ ਵੀ ਇੰਜੋਏ ਕਰਦੇ ਰਹੇ ਲੋਕ, ਆਪਣਾ ਕਿਸੇ ਨੂੰ ਨਹੀਂ ਪੁੱਛਿਆ, ਬੁਲਾ ਲਿਆ, ਪਰ ਪ੍ਰਭੂ ਯਿਸੂ ਮਸੀਹ ਨੂੰ ਸਾਈਡ 'ਤੇ ਲਾ ਰੱਖਿਆ। ਸਿਰਫ ਅੱਜ ਦਾ ਵਿਸ਼ਵਾਸੀ ਵੀ ਯਸਮ ਸਿੰਘ ਉਸ ਵੇਲੇ ਦੁਆ ਗੁੱਟਣੇ 'ਤੇ ਆਉਂਦਾ ਜਿਲੇ ਉਹਨੂੰ ਲੋੜ ਹੁੰਦੀ ਹੈ, ਬਸ ਉਸ ਵੇਲੇ ਆਉਂਦਾ ਗੁੱਟਣੇ 'ਤੇ, ਜਿਲੇ ਉਹ ਫਸ ਜਾਂਦੀ ਨਾ ਕੁੰਡੀ ਫੇਕੂ, ਹੁਣ ਮੈਂ ਦੁਆ ਕਰਿਆ ਕਰਨੀ, ਹੁਣ ਫੈਸਲਾ ਕੀਤਾ ਮੈਂ ਚਰਚ ਵੀ ਜਾਇਆ ਕਰਨਾ, ਅੱਗੇ ਸੈਚਰਡੇ ਛੱਡਿਆ ਨਾ ਕਈਆਂ ਨੇ ਪ੍ਰੇਅਰ ਕਰਨੀ, ਛੱਡਤੀ ਹੋਈ ਆ, ਹੁਣ ਮੈਂ ਸੈਚਰਡੇ ਵੀ ਜਾਇਆ ਕਰਨਾ, ਚਰਚ ਨੂੰ ਆਇਆ ਕਰਨਾ ਸੈਚਰਡੇ। ਕਈਆਂ ਕੋਲ ਤਾਂ ਟਾਈਮ ਹੀ ਹੈ ਨਹੀਂ, ਨਾ ਉਹਨਾਂ ਕੋਲ ਘਰ 'ਚ ਦੁਆ ਕਮਰੇ ਬਣਾਏ ਹੋਏ ਆ, ਕਿੰਨੇ ਲੋਕਾਂ ਦੇ ਕਮਰੇ, ਪਰ ਸਾ ਦੁਆ ਕਰ ਜੋ ਕਮਰੇ, ਮੈਂ ਕਿ ਕਮਰਾ ਕਾਹਲੀ ਬਣਾਇਆ, ਇਹ ਸਾਡਾ ਪ੍ਰੇਅਰ ਰੂਮ ਆ, ਅਤੇ ਪ੍ਰੇਅਰ ਕਰਨੀ ਕਿੰਨੇ ਰੂਮ ਹੀ ਰੂਮ ਆ, ਪ੍ਰੇਅਰ
ਪ੍ਰੇਅਰ ਦਾ ਰੂਮ ਪ੍ਰੇਅਰ ਰੂਮ ਇੱਕ ਤਿਆਰ ਕੀਤਾ ਸੀ ਪਰ ਸਾਹਿਬ, ਬਸ ਅਸੀਂ ਫੈਸਲਾ ਕੀਤਾ ਅਤੇ ਪ੍ਰੇਅਰ ਰੂਮ ਹੀ ਆ। ਪ੍ਰੇਅਰ ਕਿੰਨੇ ਕਰਨੀ ਆ? ਨਾ ਤੇਰੀ ਘਰ ਵਾਲੀ, ਨਾ ਤੇਰਾ ਬੱਚਾ, ਨਾ ਤੇਰੀ ਕੁੜੀ, ਨਾ ਤੇਰਾ ਮੁੰਡਾ, ਨਾ ਤੇਰੀ ਨੂੰਹ, ਪ੍ਰੇਅਰ ਰੂਮ ਆ। ਉੱਥੇ ਫਿਰ ਸ਼ੈਤਾਨ ਬਹਿੰਦਾ ਆ ਕੇ ਉਸ ਕਮਰੇ 'ਚ, ਅਤੇ ਜਿਸ ਦਿਨ ਗਲਤੀ ਨਾਲ ਕੋਈ ਪੈ ਜਾਵੇ ਕਹਿੰਦਾ ਪਾਪਾ ਉੱਥੇ ਤਾਂ ਡਰ ਹੀ ਬੜਾ ਲੱਗਾ ਰਾਤ ਕਮਰੇ 'ਚ। ਹੈਂ ਉਹ ਕਹਿੰਦਾ ਨਹੀਂ ਕੁੜੀਏ ਕੋਈ ਨਹੀਂ, ਪਾਪਾ ਕੋਈ ਨਹੀਂ, ਪਾਪਾ ਤੂੰ ਪੈ ਜਾ, ਮੈਂ ਨਹੀਂ ਪੈਣਾ। ਅਤੇ ਪਾਪਾ ਵੀ ਰਾਤ ਨੂੰ ਰਜਾਈ ਚੱਕ ਕੇ ਆਪਣੇ ਕਮਰੇ 'ਚ ਤਿਰਨ ਦਾ ਕਹਿੰਦਾ ਯਾਰ ਉੱਥੇ ਬੜਾ ਭਾਰੀ, ਸਾਨੂੰ ਬੁਲਾਓ ਯਾਰ, ਦੁਆ ਕਰਾਈ। ਇਹ ਹੁੰਦਾ ਆ, ਇਹ ਪ੍ਰੇਅਰ ਰੂਮ ਆ, ਕੋਈ ਪ੍ਰੇਅਰ ਰੂਮ ਨਹੀਂ। ਇਹ ਸਾਡੇ ਜ਼ਿਲ੍ਹੇ ਬਣਾਉਣੇ ਕਮਰੇ ਸ਼ਬਦਾਂ ਨਾਲ ਹੁੰਦਾ, ਕੁਛ ਨਹੀਂ ਹੁੰਦਾ। ਬਹੁਤ ਲੋਕਾਂ ਦੇ ਘਰਾਂ 'ਚ ਪ੍ਰੇਅਰ ਰੂਮ ਆ, ਪ੍ਰੇਅਰ ਰੂਮ 'ਚ ਕਿੰਨਾ ਸਮਾਂ ਗੁਜ਼ਾਰਦੇ ਕੋਈ ਪਤਾ ਨਹੀਂ। ਅਮਲ ਨਹੀਂ ਆ, ਕਰਮ ਥੋੜ੍ਹੀ ਆ, ਸ਼ਬਦਾਂ ਨੇ ਕਿਹਾ ਹੋਇਆ। ਜਿਹੜੇ ਘਰ ਬਣਾਵਾਂਗੇ ਅਸੀਂ ਇੱਕ ਪ੍ਰੇਅਰ ਰੂਮ ਜ਼ਰੂਰ ਬਣਾ। ਇੱਕ ਭੈਣ ਜੀ ਮੈਨੂੰ ਚੁਬਾਰੇ 'ਤੇ ਲੈ ਗਈ, ਇੱਥੇ ਦੁਆ ਕਰ ਦਿਓ ਕਹਿੰਦੀ ਪਾਰ ਸਾਹਿਬ। ਮੈਂ ਕਿਹਾ ਵੀ ਇਹ ਕਮਰਾ ਸੋਹਣਾ ਤੁਹਾਡਾ, ਇਹ ਮੇਰਾ ਕਹਿੰਦੇ ਸਾਡਾ ਪ੍ਰੇਅਰ ਰੂਮ ਆ। ਮੈਂ ਹਿਸਾਬ ਲਾ ਲਿਆ, ਇਹ ਵੀ ਇਹ ਵਿਚਾਰਾ ਇੱਥੇ ਭੂਤ ਰਹਿੰਦਾ ਹੋਣਾ, ਪ੍ਰੇਅਰ ਪ੍ਰੂਅਰ ਵਾਲਾ ਕੋਈ ਨਹੀਂ ਇੱਥੇ। ਇਹ ਕਹਿੰਦੀ ਵੀ ਪ੍ਰੇਅਰ ਕਰਾ ਕੇ ਛੁਟਕਾਰਾ ਕਰਾ ਲਓ। ਇਹ ਸਿਸਟਮ ਇੱਦਾਂ ਹੀ ਚੱਲ ਰਿਹਾ ਸੰਸਾਰ ਵਿੱਚ। ਮੈਨੂੰ ਕਈਆਂ ਨੇ ਪ੍ਰੇਅਰ ਕਰਾਈ ਇੱਦਾਂ ਲੱਗੇ। ਪ੍ਰੇਅਰ ਰੂਮ 'ਚ ਕੋਈ ਨਹੀਂ ਹੁੰਦਾ, ਕੋਈ ਨਹੀਂ ਹੁੰਦਾ। ਅਸੀਂ ਸ਼ਬਦਾਂ ਨਾਲ ਕਰਨੇ ਹਾਂ। ਉਸ ਵੇਲੇ ਕਹਿੰਦੇ ਨੇ ਮੋਸ਼ਨ ਲੈਂਦੇ, ਨਵਾਂ ਨਵਾਂ ਘਰ ਬਣ ਰਿਹਾ ਹੁੰਦਾ ਆ, ਖੁਸ਼ੀ ਹੁੰਦੀ ਆ, ਮੈਟ ਨਵੇਂ ਵਿਛਾਏ ਹੁੰਦੇ, ਉਹ ਵੀ ਬਾਅਦ ਚੱਕ ਚੁੱਕੋ ਦਿੱਤੇ ਜਾਂਦੇ ਉੱਥੋਂ। ਇਸ ਮੇਰੀ ਸੱਚਾਈ ਬੋਲ ਰਿਹਾ ਮੈਂ, ਬਹੁਤ ਲੋਕਾਂ ਨੂੰ ਮੈਂ ਇੱਦਾਂ ਦੇਖਿਆ, ਕੁਛ ਨਹੀਂ ਹੈ। ਲੇਕਿਨ ਪਹਿਲ ਜਿਹੜਾ ਬੰਦਾ ਰੂਮ ਬਣਾਉਂਦਾ ਨਾ, ਉਹ ਸਵੇਰੇ ਉੱਠ ਕੇ ਪ੍ਰੇਅਰ ਰੂਮ 'ਚ ਹੀ ਜਾਏਗਾ, ਥੱਲੇ ਨਹੀਂ ਥੱਲੇ ਲੱਗਦਾ ਚਾਹ ਪੀ ਲਿਆ ਥੱਲੇ। ਉਹ ਜੇ ਪ੍ਰੇਅਰ ਰੂਮ ਆ, ਉਹ ਪ੍ਰੇਅਰ ਰੂਮ 'ਚ ਜਾਏਗਾ, ਜਾ ਕੇ ਗੋਟੇ ਟੇਕੇਗਾ ਪ੍ਰੇਅਰ ਰੂਮ 'ਚ। ਉਹਨੂੰ ਪਤਾ ਆ ਇਹ ਰੂਮ ਪ੍ਰਾਰਥਨਾ ਵਾਲਾ। ਹੈਂਜੀ, ਫਿਰ ਮੈਂ ਉੱਥੇ, ਇੱਥੇ ਤਾਂ ਗਾਉਣਾ ਹੀ ਆ, ਫਿਰ ਮੈਂ ਉੱਥੇ ਵੀ ਗਾ ਸਕਦਾ। ਇਹ ਪ੍ਰਾਰਥਨਾ ਕਾ ਘਰ ਆਓ ਕਰੇ ਆਰਾਧਨਾ, ਇਹ ਪ੍ਰਾਰਥਨਾ ਕਾ ਘਰ ਆਓ ਕਰੇ ਆਰਾਧਨਾ, ਉਸੇ ਕੀ ਜੈ ਜੈਕਾਰ, ਉਸੇ ਕੀ ਜੈ ਜੈਕਾਰ, ਉਸੇ ਕੀ ਜੈ ਜੈਕਾਰ, ਉਸੇ ਕੀ ਜੈ ਜੈਕਾਰ। ਫਿਰ ਉਸ ਰੂਮ 'ਚ ਗਾਏਗਾ ਨਾ, ਫਿਰ ਉਸ ਰੂਮ ਦੇ ਵਿੱਚ ਖੁਦਾ ਦੀ ਉਪਸਥਿਤੀ ਉੱਤਰ ਆਏਗੀ, ਅਤੇ ਪਵਿੱਤਰ ਆਤਮਾ ਖਿੱਚ ਖਿੱਚ ਕੇ ਤੇਰੀ ਬਿੰਗੀ ਜੀ ਵਾਈਫ ਨੂੰ ਲੈ ਕੇ ਆਏਗਾ ਜਿਹੜੀ ਇਨਕਾਰ ਕਰਦੀ ਹੈ। ਤੇਰਾ ਬਿੰਗਾ ਜਾਂ ਮੁੰਡਾ ਆਪਣੇ ਆਪ ਹੀ ਖਿੱਚਾ ਚਲਾ ਆਏਗਾ ਜਿਹੜਾ ਪ੍ਰਾਰਥਨਾ ਤੋਂ ਇਨਕਾਰ ਕਰਦਾ ਹੈ, ਕਿਉਂਕਿ ਉਹਦੀ ਸ਼ਕਤੀ ਖਿੱਚ ਲਏਗੀ। ਯਸੂਸੀ ਨੇ ਵੀ ਗੱਲ ਕਹੀ, ਕਹਿੰਦਾ ਜਾਂ ਮੈਂ ਉੱਪਰ ਉੱਚੇ ਪਰ ਚੜ੍ਹਾ ਜਾਊਂਗਾ ਅਤੇ ਤੁਹਾਨੂੰ ਕੀ ਕਰ ਲੂੰਗਾ, ਜਦ ਉੱਤੇ ਚਵਾਰੇ 'ਤੇ ਜਾਊਗਾ ਤੁਹਾਨੂੰ ਖਿੱਚ ਲਏਗਾ ਤੁਹਾਡਾ ਖੁਦਾ। ਇਹ ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਤਜ਼ਰਬੇ ਨਾਲ, ਤਜ਼ਰਬੇ ਦੀਆਂ ਗੱਲਾਂ ਆ, ਖਿੱਚਣ ਦਾ ਖੁਦਾ। ਇਸ ਕਰਕੇ ਬਾਈਬਲ ਕਹਿੰਦੀ ਅਮਲਾਂ ਤੋਂ ਵਾਜੋ ਤੇਰੀ ਨੇਚਾ ਕੁਛ ਵੀ ਨਹੀਂ। ਅਸ ਤਾਂ ਬਚਪਨ ਤੋਂ ਵਿਸ਼ਵਾਸ 'ਚ ਹਾਂ ਜੀ, ਤੇਰੇ ਵਿਸ਼ਵਾਸ ਨੇ ਕੁਛ ਨਹੀਂ ਕਹਿਣਾ। ਅਮਲ ਕਰਨਾ ਹੁਣ ਸ਼ੁਰੂ ਕਰ, ਵਿਸ਼ਵਾਸ ਤੂੰ ਬਹੁਤ ਕਰ ਲਿੱਤਾ ਹੈ, ਹੁਣ ਅਮਲ ਕਰਿਆ ਕਰ। ਪੜ੍ਹ ਪਏਗੀ ਕੀ ਲਿਖਿਆ,
ਅਤੇ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਹਾਂ ਪੱਥਰ ਦੇ 6 ਮਟ ਉੱਥੇ ਧਰੇ ਹੋਏ ਸਨ ਔਰ ਜੋ ਹਰੇਕ ਵਿੱਚ 2 ਜਾਂ 3 ਮਣ ਜਲ ਪੈਂਦਾ ਸੀ ਹਾਂ ਯਸੂ ਨੇ ਉਹਨਾਂ ਨੂੰ ਆਖਿਆ ਯਸੂ ਸੀ ਨੂੰ ਆਖਿਆ ਮਟਕਿਆਂ ਵਿੱਚ ਜਲ ਭਰੋ ਮਟਕਿਆਂ ਦੇ ਵਿੱਚ ਜਲ ਭਰੋ ਸੋ ਉਹਨਾਂ ਨੇ ਮਟ ਨੱਕੋ ਨੱਕ ਭਰ ਦਿੱਤੇ ਜਿਹੜੇ ਮਟ ਸੀ ਹੁਣ ਤਾਂ ਮਟਕੇ ਨਹੀਂ ਹੁੰਦੇ ਬੜੇ ਬੜੇ ਹੁੰਦੇ ਸੀ ਲੋਕ ਆਟਾ ਰੱਖਦੇ ਸੀ ਹੁਣ ਤਾਂ ਟੀਨ ਟੂਨ ਕਈ ਕੁਛ ਅਸੀਂ ਬਣਾ ਲਿਆ ਸਟੀਲ ਦੇ ਆ ਗਏ ਲੋਹੇ ਦੇ ਆ ਗਏ ਉਸ ਲਈ ਲੋਕ ਮੱਠ ਹੁੰਦੇ ਸੀ ਉਹ ਮੱਠ ਵਿੱਚ 40-50 ਕਿਲੋ ਆਟਾ ਕੀ ਸੀ ਭਰ ਲਈਦਾ ਸੀ ਅਤੇ ਉਸ ਮੱਠ ਵਿੱਚ ਕਦੀ ਸੁਸਰੀ ਵੀ ਨਹੀਂ ਸੀ ਲੱਗਦੀ ਇਹ ਨੋਟ ਕਰੀਏ ਉਹਨੇ ਕਿਹਾ ਭਰ ਲਓ ਔਰ ਫਿਰ ਉਸਨੇ ਉਹਨਾਂ ਨੂੰ ਆਖਿਆ ਫਿਰ ਉਸਨੇ ਉਹਨੂੰ ਆਖਿਆ ਹੁਣ ਕੱਢੋ ਅਤੇ ਸਭਾ ਦੇ ਪ੍ਰਧਾਨ ਕੋਲ ਲੈ ਜਾਓ ਨਾ ਅੰਗੂਰ ਨੂੰ ਚੋੜੇ ਕੁਛ ਨਹੀਂ ਕੀਤਾ ਸਿਰਫ ਸ਼ਬਦਾਂ ਨਾਲ ਪਤਾ ਕੀ ਸੀ ਮੇਰਾ ਖੁਦਾ ਪਾਣੀ ਨੂੰ ਮੈਚ ਕੀ ਕਰ ਦਿੰਦਾ ਹੈ ਚਮਤਕਾਰ ਕੀਤਾ ਤੁਸੀਂ ਤਾਂ ਅੰਗੂਰਾਂ ਦਾ ਰਸ ਕੱਢ ਕੱਢ ਪਿਲਾਉਂਗਾ ਸਿਰਫ ਬਰਾਤ ਵਿੱਚ ਉਹਨੇ ਆਪਣੀ ਮਹਿਮਾ ਨੂੰ ਪ੍ਰਗਟ ਕੀਤਾ ਉਹਨੇ ਕਿਹਾ ਮੰਮੀ ਅੰਗੂਰ ਲੈ ਆਓ ਚਲੋ ਮੇਰੇ ਚੇਲੇ ਫੜ ਕੇ ਉਹਨੂੰ ਚੋੜ ਕੇ ਉਹਨੂੰ ਪਿਲਾਉਂਦੇ ਬਰਾਤ ਨੂੰ ਇੱਦਾਂ ਕਿਹਾ ਉਹਨੇ ਕਿਹਾ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਮੱਟ ਲਿਆਓ ਅਤੇ ਸ਼ਬਦਾਂ ਨਾਲ ਕਿਹਾ ਬੋਲੋ ਕਾਹਦੇ ਨਾਲ ਕਿਹਾ ਸ਼ਬਦਾਂ ਨਾਲ ਕਿਹਾ ਸ਼ਬਦਾਂ ਨਾਲ ਕਿਹਾ ਜਾਓ ਲੈ ਜਾਓ ਜਾ ਕੇ ਬਾਈਬਲ ਕਹਿੰਦੀ ਉਹਦੇ ਸ਼ਬਦਾਂ ਵਿੱਚ ਇੰਨੀ ਕੁਬਤ ਸੀ ਪਾਣੀ ਮੈਚ ਕੀ ਹੋ ਗਿਆ ਰਸ ਚ ਤਬਦੀਲ ਹੋ ਗਿਆ ਇੱਦਾਂ ਲੱਗਦਾ ਜੂਸ ਚ ਤਬਦੀਲ ਹੋ ਗਿਆ ਮੈਨੂੰ ਅੱਛੀ ਗੱਲ ਲੱਗੀ ਖੁਦਾ ਨੇ ਆਪਣੀ ਮਹਿਮਾ ਨੂੰ ਪ੍ਰਗਟ ਕੀਤਾ ਇੱਕ ਵਾਰੀ ਬ੍ਰਦਰ ਡੀਜਸ ਦਿਨਾ ਕਰਨ ਦੁਆਰਾ ਇੱਕ ਆਦਮੀ ਵਿਸ਼ਵਾਸ ਨਹੀਂ ਸੀ ਯਸਮ 'ਤੇ ਕਰਦਾ ਉਹਦੇ ਨਾਲ ਸ਼ਬਦਾਂ ਨਾਲ ਗੱਲਾਂ ਹੋਈਆਂ ਉਹ ਡੀਜਸ ਦਿਨਾ ਕਰਨ ਨੂੰ ਕਰ ਬੁਲਾਇਆ ਉਹਨੇ ਬੜਾ ਪੜ੍ਹਿਆ ਲਿਖਿਆ ਸੀ ਉਹਨੇ ਡੀਜ ਦਿਨਾ ਕਰਨ ਨਾਲ ਕਾਫੀ ਉਹਨੇ ਗੱਲਾਂ ਕੀਤੀਆਂ ਬਹਿਸ ਕਹਿ ਲਓ ਕਿ ਖੁਦਾ ਕਦੀ ਇਹ ਕੰਮ ਨਹੀਂ ਕਰ ਸਕਦਾ ਉਹਨੇ ਆਪਣੇ ਕਈ ਸਵਾਰ ਰੱਖੇ ਉਹਨੇ ਗੁੱਸੇ 'ਚ ਤਲਖੇ ਕਿਹਾ ਹੁਣ ਪਾਣੀ 'ਤੇ ਪਾਣੀ ਹੀ ਪੀਣਾ ਪਏਗਾ ਬ੍ਰਦਰ ਜੀ ਇਹ ਕਿਤੇ ਕੋਕ ਥੋੜ੍ਹੀ ਬਣ ਜਾਏਗਾ ਕਿਤੇ ਉਹਨੇ ਕਿਹਾ ਮੇਰਾ ਖੁਦਾ ਇਸ ਨੂੰ ਵੀ ਪਾਣੀ ਨੂੰ ਵੀ ਕੋਕ 'ਚ ਕੀ ਕਰ ਦੇਗਾ ਤਬਦੀਲ ਕਰ ਦੇਗਾ ਇਹ ਸੱਚਾਈ ਆ ਉਹਨੇ ਇੱਕ ਇੱਕ ਬੁੱਕ ਪੜ੍ਹੀ ਨਾ ਇੱਕ ਰਿਕਾਰਡ 'ਚ ਪੜ੍ਹੋ ਹੁਣ ਮੈਂ ਦੱਸਦਾ ਤੁਹਾਨੂੰ ਚਾਹੁੰਦਾ ਉਹਨਾਂ ਕਾਫੀ ਉਹਦੀ ਸੈਟਿਸਫੈਕਸ਼ਨ ਕਰਨੀ ਉਹਨੂੰ ਵਚਨ ਦੀਆਂ ਗੱਲਾਂ ਕੀਤੀਆਂ ਲੇਕਿਨ ਆਖਰੀ ਦੁਆ ਜਿਹੜੇ ਕੀਤੀ ਉਹ ਕਹਿੰਦਾ ਕਰ ਸਕਦਾ ਕਹਿੰਦਾ ਕਰ ਸਕਦਾ ਇਹ ਸੱਚਾਈ ਆ ਜੇ ਦਿਨਾਂ ਕਰਨੇ ਪ੍ਰੇਰ ਕੀਤੀ ਤੁਹਾਨੂੰ ਪਤਾ ਨਹੀਂ ਪ੍ਰੇਰ ਕੀਤੀ ਬੜੀ ਜ਼ਬਰਦਸਤ ਗੱਲ ਆ ਗਲਾਸ ਤਾਂ ਪਾਣੀ ਦੇ ਉਹਨੇ ਚੱਕ ਤੇ ਔਰ ਖਾਲੀ ਗਲਾ ਜਿਹੜੇ ਉੱਥੇ ਗਲਾਸ ਸੀ ਨਾ ਉਹ 'ਤੇ ਰੱਖਣੇ ਸੀ ਪਾਣੀ ਡੋਲ ਦਿੱਤਾ ਤੁਹਾਨੂੰ ਪਤਾ ਨਹੀਂ ਮੈਂ ਉਹਨਾਂ ਦੀ ਇੱਕ ਇੱਕ ਬੁੱਕ ਪੜ੍ਹੀ ਲਿਖਿਆ ਕਿ ਉਹ ਜਿਹੜੇ ਉੱਥੇ ਉਹ ਗਲਾਸ ਜਿਹੜੇ ਚੱਕ ਤੇ ਉੱਥੇ ਉਸੇ ਜਗ੍ਹਾ ਦੇ ਉੱਤੇ ਜਿਹੜੇ ਦਿਨਾਂ ਕਰਨੇ ਪ੍ਰੇਰ ਕੀਤੀ 2 ਥਮਸਪ ਦੀਆਂ ਬੋਤਲਾਂ ਆ ਗਈਆਂ ਥਮਸ ਦੀ ਬੋਤਲਾਂ ਜਿਹੜੇ ਆ ਗਏ ਉੱਥੇ ਉਸ ਬੰਦ ਕਮਰੇ ਵਿੱਚ ਹੀ ਨਾ ਅਤੇ ਉਹ ਵਿਅਕਤੀ ਨੇ ਗੋਟੇ ਟੇਕਤੇ ਕਹਿੰਦਾ ਅੱਜ ਮੈਂ ਜਾਣਿਆ ਕਿ ਜਿਸ ਖੁਦਾ ਦੀ ਤੂੰ ਬਾਤ ਕਰਦਾ ਉਹ ਜ਼ਿੰਦਾ ਹੈ ਸਾਡਾ ਖੁਦਾ ਜਿਹੜਾ ਆ ਉਹ ਸਭ ਕੁਛ ਕੀ ਕਰ ਦਿੰਦਾ ਹੈ ਤਬਦੀਲ ਕਰਦਾ ਮੈਂ ਉਸ ਪਰਮੇਸ਼ਰ ਦੀ ਆਰਾਧਨਾ ਕਰਦਾ ਜਿਹੜਾ ਚਮਤਕਾਰ ਕਰਦਾ ਬੋਲੋ ਕੀ ਕਰਦਾ ਬੋਲੋ ਕੀ ਕਰਦਾ ਹਾਂ ਬਹੁਤੇ ਲੋਕਾਂ ਨੇ ਇੱਥੇ ਲੋਕਾਂ ਦੇ ਕੈਂਸਰ ਜਾਂਦੇ ਦੇਖੇ ਕਈ ਕੁਛ ਜਾਂਦਾ ਦੇਖਿਆ ਚਰਚ ਵਿੱਚ ਪਤਾ ਲੋਕਾਂ ਨੂੰ ਫਿਰ ਵੀ ਦੌੜ ਕੇ ਦੂਜੀ ਜਗ੍ਹਾ ਪ੍ਰਾਪਤ ਕਰਨਾ ਚਾਹੁੰਦੇ ਇਹ ਪਤਾ ਕਿਹੜੇ ਲੋਕ ਇਹ ਅਮਲ ਵਾਲੇ ਨਹੀਂ ਹੈ ਇਹ ਦੂਜੀ ਜਗ੍ਹਾ ਪ੍ਰਾਪਤ ਕਰਨ ਜਾਣਾ ਚਾਹੁੰਦੇ ਇਹਨਾਂ ਨੇ ਕਈ ਲੋਕਾਂ ਦੇ ਮੈਰੀਕਲ ਦੇਖੇ ਇੱਥੇ ਬਹੁਤ ਕਈਆਂ ਦੇ ਬਿਮਾਰੀਆਂ ਬਦਰੂਹਾਂ ਇੱਥੇ ਖੇਲਦੇ ਦੇਖੇ ਫਿਰ ਵੀ ਉਹ ਦੂਜੀ ਜਗ੍ਹਾ ਪ੍ਰਾਪਤ ਪਤਾ ਕਿਉਂ ਇਹ ਅਮਲ ਵਾਲੇ ਨਹੀਂ ਪਤਾ ਕਰਿਆ ਕਰੋ ਇਹ ਇਹ ਨਾ ਤਾਂ ਹੁਣ ਵਿਸ਼ਵਾਸ ਵਾਲੇ ਆ ਅਤੇ ਨਾ ਇਹ ਕੌਣ ਆ ਫਿਰ ਨਾ ਤਾਂ ਅਮਲ ਨਾ ਕੌਣ ਆ ਇਹ
ਇਹ ਕੁਛ ਵੀ ਨਹੀਂ ਹੈ। ਜਿਹੜੀ ਕਣਕ ਉਗਾਈ ਦੀ ਹੈ ਨਾ, ਕਣਕ ਕਣਕ ਪਰਮੇਸ਼ਰ ਦਾ ਇੱਕ ਮਹਾਨ ਸੰਤ ਆਪਣੀ ਪੁਸਤਕ ਜਿੱਦਾਂ ਲਿਖਦੇ ਵਿਲੀਅਮ ਬਰਨਾਮ, ਕੁਛ ਵਿਸ਼ਵਾਸੀ ਕਹਿੰਦਾ ਇੱਦਾਂ ਦੇ ਹੁੰਦੇ, ਉਹ ਜਿਹੜੀ ਕਣਕ ਆ ਉਹਦੀ ਜਿਹੜੀ ਡੰਡੀ ਹੁੰਦੀ ਕਣਕ ਦੀ ਉਹਨੂੰ ਕੀ ਕਹਿੰਦੇ ਆਪਾਂ, ਨੜੀ ਨੜੀ ਨਾੜ। ਤੁਹਾਨੂੰ ਪਤਾ ਜਦ ਤੱਕ ਉਹਨੇ ਪੁਸਤਕ ਲਿਖਿਆ ਕੁਛ ਇੱਦਾਂ ਦੇ ਵਿਸ਼ਵਾਸੀਆਂ ਦੀ ਤਸਵੀਰ ਖਾਲੀ, ਉਹ ਨਾੜ ਵਰਗੇ ਹਨ, ਉਹਨੂੰ ਨਾੜੂ ਨਾੜ ਕਹਿੰਦੇ ਨਾ, ਜਿਹੜਾ ਜਿੱਚੋਂ ਦਾਣਾ ਨਿਕਲਦਾ। ਕਹਿੰਦਾ ਦਾਣਾ ਜਿਹੜੇ ਉੱਪਰ ਆ ਜਾਂਦਾ ਉਹਨਾਂ ਪੁਸਤਕ 'ਚ ਲਿਖਿਆ, ਅਤੇ ਜਿਹਨੇ ਦਾਣੇ ਨੂੰ ਸੰਭਾਲ ਕੇ ਵਿੱਚੋਂ ਦੀ ਕੜਕ ਤੱਕ ਲੈ ਕੇ ਆਉਂਦਾ, ਆਪ ਉਹ ਕੀ ਹੋ ਗਿਆ, ਖਾਲੀ, ਕੁਛ ਵੀ ਨਹੀਂ, ਕੁਛ ਵੀ ਨਹੀਂ ਸੀ। ਕਈ ਵਿਸ਼ਵਾਸੀ ਤੱਕ ਦੂਜੇ ਨੂੰ ਦੱਸ ਦੇਣਗੇ ਪਰ ਆਪ ਉਹਨਾਂ ਨੂੰ ਕੁਛ ਵੀ ਨਹੀਂ ਲੱਗੇਗਾ। ਉਹਦੇ ਵਿੱਚੋਂ ਦੀ ਵਚਨ ਗਿਆ ਆ, ਉੱਗ ਗਿਆ ਆ, ਆਪ ਜਿਹੜੀ ਕਣਕ ਉੱਪਰ ਆ ਗਈ ਉਹਦਾ ਛੱਟਾ ਰਹਿ ਗਿਆ। ਉਹ ਬਾਈਬਲ ਕਹਿੰਦੀ ਮੱਤੀ ਰਸੂਲ ਉਹ ਸਾੜਨ ਦੇ ਉਹ ਕਾਫੂਸ ਆ, ਲਾਉਂਦੇ ਨਾ ਹੁਣ ਜਿਹੜੇ ਕਣਕ ਵੱਢਦੇ ਬਾਅਦ 'ਚ ਕੀ ਕਰਦੇ ਉਹਨੂੰ, ਕੀ ਕਰਦੇ ਨਾੜੂ ਨੂੰ, ਨਾੜੂ ਕੀ ਕਹਿੰਦੇ ਆ। ਇੱਦਾਂ ਦੇ ਵਿਸ਼ਵਾਸੀ ਉਹ ਸਿਰਫ ਸੜਨ ਜੋਗੀ ਆ, ਉਹਨੇ ਆਖਰੀ ਦਿਨਾਂ 'ਚ ਕੀ ਹੋਣਾ, ਖਤਮ ਹੋਣਾ। ਉਹ ਕਹਿਣਗੇ ਮੈਂ ਤੈਨੇ ਵਿਸ਼ਵਾਸੀਆਂ ਨੂੰ ਦੱਸਿਆ, ਤੂੰ ਦੱਸਿਆ ਜ਼ਰੂਰ ਆ ਪਰ ਤੂੰ ਕਣਕ ਨਹੀਂ, ਤੂੰ ਉਹੀ ਆ, ਛਿੱਲੜ ਜਿਹਾ, ਫੂਕ ਦਿੱਤਾ ਜਾਣਾ। ਇੱਦਾਂ ਲਿਖਿਆ ਵਿਲੀਅਮ ਬਰਨਹਮ ਨੇ ਪੁਸਤਕ 'ਚ। ਲੇਕਿਨ ਬਾਈਬਲ ਕੀ ਕਹਿੰਦੀ ਇਸ ਗੱਲ 'ਤੇ, ਕੀ ਕਹਿੰਦੀ ਬਾਈਬਲ? ਦੋ ਅਧਿਆਇ ਨੂੰ ਮੈਂ ਤੁਹਾਨੂੰ ਬਾਰ ਬਾਰ ਪੜ੍ਹਾ ਰਿਹਾ, ਪਿੱਛੇ ਰੱਖਿਆ ਯਸਮਸੀ ਨੂੰ, ਯਸਮਸੀ ਨੂੰ ਜਿਲੇ ਇਹਨਾਂ ਨੇ ਮੌਕਾ ਦਿੱਤਾ, ਜਿਲੇ ਉਹਨੂੰ ਕਿਹਾ ਤਾਂ ਯਸਮਸੀ ਨੇ ਇਹ ਵੀ ਨਹੀਂ ਕਿਹਾ ਮੇਰੇ ਵਾਂਗੂ ਗੁੱਸੇ 'ਚ, ਮੈਨੂੰ ਕਿਹੜਾ ਪਹਿਲਾਂ ਪੁੱਛਿਆ, ਕਿਉਂਕਿ ਅਸੀਂ ਪਾਸ, ਪਰ ਯਸਮਸੀ ਨੇ ਫਿਰ ਵੀ ਆਪਣੀ ਮਹਿਮਾ ਨੂੰ ਪ੍ਰਗਟ ਕੀਤਾ ਔਰ ਕੀ ਕਿਹਾ, ਜਾਂ ਸਭਾ ਦੇ ਪ੍ਰਧਾਨ ਨੇ ਉਹ ਜਲ ਜਿਹੜਾ ਮੈਂ ਬਣ ਗਿਆ ਸੀ ਚੱਖਿਆ, ਲੈ ਜਾਓ, ਲਿਆਓ ਤੇ ਲੈ ਜਾਓ ਸ਼ਬਦਾਂ ਨਾਲ, ਔਰ ਫਿਰ ਔਰ ਨਾ ਜਾਤਾ, ਨਾ ਜਾਣਿਆ ਜੋ ਇਹ ਕਿੱਥੋਂ ਹੈ, ਇਹ ਕਿੱਥੋਂ ਆਇਆ, ਪਰ ਟੈਲੂਏ ਜਿਨ੍ਹਾਂ ਨੇ ਉਹ ਜਲ ਕੱਢਿਆ ਸੀ ਜਾਣਦੇ ਸਨ, ਟੈਲੂ ਜਿਨ੍ਹਾਂ ਨੇ ਜਲ ਕੱਢਿਆ ਜਾਣਦੇ ਸੀ, ਤਾਂ ਸਭਾ ਦੇ ਪ੍ਰਧਾਨ ਨੇ ਲਾੜੇ ਨੂੰ ਸੱਦ ਕੇ ਉਹਨੂੰ ਆਖਿਆ, ਹਰੇਕ ਮਨੁੱਖ ਪਹਿਲਾਂ ਅੱਛੀ ਮੈਂ ਦਿੰਦਾ ਹੈ। ਸ਼ਿਕਾਇਤ ਲਾੜੇ ਨੂੰ ਕੀਤੀ ਹੈ, ਤੇਰੀ ਵਿਆਹ ਵਿੱਚ ਆਏ ਬਈ, ਤੇਰੇ ਵਿਆਹ ਵਿੱਚ ਪਹਿਲਾਂ ਜਿਹੜਾ ਤੂੰ ਪਲਾਇਆ ਨਾ ਉਹ ਇੰਨਾ ਨਜ਼ਾਰੇਦਾਰ ਨਹੀਂ ਸੀ, ਜਿਹੜਾ ਹੁਣ ਪਲਾਇਆ ਨਾ ਇੱਥੇ ਦਮ ਆ, ਇਹ ਸੱਚਾਈ ਹੈ। ਔਰ ਕੀ ਲਿਖਿਆ, ਅਤੇ ਜਾਂ ਬਹੁਤ ਪੀ ਚੁੱਕੇ ਹਾਂ ਤਾਂ ਮਗਰੋਂ ਮਾੜੀ, ਪਰ ਤੇ ਅੱਛੀ ਮੈਂ ਹੁਣ ਤੀਕ ਰੱਖ ਛੱਡੀ ਹੈ। ਸ਼ਿਕਾਇਤ ਆ ਕਿ ਪਹਿਲਾਂ ਤੁਸੀਂ ਮਾੜੀ ਤੇ ਹੁਣ ਸਾਨੂੰ ਕੀ ਪਿਲਾ ਰਹੇ, ਚੰਗੀ ਪਿਲਾ ਰਹੇ। ਔਰ ਫਿਰ ਇਹ ਨਿਸ਼ਾਨਾਂ ਦਾ ਆਰੰਭ ਸੀ, ਇਹ 'ਚ ਪਹਿਲਾ ਚਮਤਕਾਰ ਸੀ ਯਸਮਸੀ ਨੇ ਕੀਤਾ, ਕਾਰਨ ਪਹਿਲਾ ਚਮਤਕਾਰ ਯਸਮਸੀ ਨੇ ਕੀਤਾ। ਧਿਆਨ ਰੱਖੀਏ, ਕੋਈ ਅੰਨੇ ਦੀ ਅੱਖਾਂ ਨਹੀਂ ਖੋਲੀਆਂ, ਲੰਗੜਾ ਨਹੀਂ ਚਲਾਇਆ, ਦੁਸ਼ਟਾਤਮਾ ਨਹੀਂ ਕੱਢੀਆਂ। ਬਾਈਬਲ 'ਚ ਜਿਹੜਾ ਪਹਿਲਾ ਚਮਤਕਾਰ ਯਸਮਸੀ ਨੇ ਕੀਤਾ, ਪਹਿਲਾ ਚਮਤਕਾਰ, ਉਹਨੇ ਪਾਣੀ ਨੂੰ ਸ਼ਬਦਾਂ ਨਾਲ ਮੈਚ ਕੀ ਕਰਤਾ, ਤਬਦੀਲ ਕਰਤਾ। ਇਹ ਪਹਿਲਾ ਚਮਤਕਾਰ ਬਾਈਬਲ ਦਾ। ਇਸ ਗੱਲ ਤੋਂ ਲੋਕ ਹੈਰਾਨ ਹੋਏ ਕਿ ਪਾਣੀ ਕਹਿੰਦੇ ਨਾਲ ਤਬਦੀਲ ਹੋ ਗਿਆ, ਇਹ ਕਾਨਾ ਗਲੀਚ ਪਹਿਲਾ ਚਮਤਕਾਰ ਕੀਤਾ। ਔਰ ਫਿਰ ਇਹ ਨਿਸ਼ਾਨਾਂ ਦਾ ਆਰੰਭ ਸੀ ਜਿਹੜਾ ਯਸੂ ਨੇ ਗਲੀਲ ਦੇ ਕਾਨਾਂ ਵਿੱਚ ਵਿਖਾ ਕੇ ਆਪਣਾ ਤੇਜ ਪ੍ਰਗਟ ਕੀਤਾ, ਇਹ ਉਹਨੇ ਆਪਣਾ ਜਲਾਲ ਜ਼ਾਹਰ ਕੀਤਾ ਕਾਨਾ ਗਲੀਲ 'ਚ। ਕਾਨਾ ਗਲੀਲ ਦੇ ਪਹਿਲਾ ਮੌਜ਼ਾ ਸੀ, ਚਮਤਕਾਰ ਸੀ, ਪਾਣੀ ਮੈਚ ਕੀ ਕਰ ਦਿੱਤਾ, ਤਬਦੀਲ ਕਰਤਾ। ਮੈਂ ਤੁਹਾਨੂੰ ਸੱਚ ਕਹਿੰਦਾ, ਜੇ ਅਸੀਂ ਖੁਦਾ ਨਾਲ ਸਹੀ ਚੱਲੀਏ, ਅਮਲ ਕਰੀਏ, ਅਮਲ
ਤੇ ਸਾਡੇ ਸ਼ਬਦਾਂ 'ਚ ਵੀ ਉਨੀ ਸ਼ਕਤੀ ਆ। ਅਸੀਂ ਸ਼ਬਦ ਕਵਾਂਗੇ ਨਾ, ਸਾਡੇ ਸ਼ਬਦ ਕੀ ਆ? ਇਹ ਉਹੀ ਸ਼ਬਦ ਆ ਜਿਹਨੇ ਉਤਪਤੀ ਤੋਂ ਕਿਹਾ ਆਕਾਸ਼, ਚੰਦਰਮਾ, ਸੂਰਜ, ਉਹ ਕਹਿੰਦੇ ਗਏ ਤੇ ਉਹ ਕੀ ਆ? ਬਣਦੇ ਗਏ, ਬਣਦੇ ਗਏ। ਉਹੀ ਖੁਦਾ ਆ ਜਿਹੜਾ ਨਿਊ ਟੈਸਟਮੈਂਟ ਸ਼ਬਦ ਦੇ ਧਾਰੀ ਹੋ ਕੇ ਆਇਆ, ਉਹਦਾ ਨਾਮ ਯਸੂ ਕਿਹਾ। ਉਹਨੇ ਸ਼ਬਦਾਂ ਨਾਲ ਕਿਹਾ ਮੈਂ ਪਾਣੀ 'ਚ, ਜਿਹੜਾ ਪਾਣੀ ਉਹ ਮੈਂ 'ਚ ਤਬਦੀਲ ਹੋ ਗਿਆ ਸ਼ਬਦਾਂ ਨਾਲ। ਖੁਦਾ ਚਾਹੁੰਦਾ ਆ ਕਿ ਉਹਦੀ ਸੰਤਾਨ ਵੀ ਇੱਦਾਂ ਦੀ ਉਤਪਤੀ ਕਰੇ। ਅਸੀਂ ਸ਼ਬਦ ਬੋਲੀਏ ਤੇ ਲੋਕਾਂ ਦੇ ਘਰਾਂ 'ਚ ਕੀ ਆਵੇ? ਬਲੈਸਿੰਗ ਆਏ। ਅਸੀਂ ਸ਼ਬਦ ਕਹੀਏ ਲੋਕ ਚੰਗੇ ਹੋ ਜਾਣ, ਸ਼ਬਦ ਕਹੀਏ ਦੁਸ਼ਟਾਤਮਾ ਨਿਕਲ। ਹੁਣ ਸ਼ਬਦ ਹੀ ਕਹੀਦਾ, ਇਹੀ ਕਹੀਦਾ ਦੁਸ਼ਟਾਤਮਾ ਤੁਹਾਨੂੰ ਆਗਿਆ ਦੇਣਾ ਯਿਸੂ ਮਸੀਹ 'ਚ ਨਿਕਲ ਜਾਓ। ਉਹ ਡਿੱਗ ਜਾਂਦੀਆਂ, ਨਿਕਲ ਜਾਂਦੀਆਂ, ਕਿ ਕੈਂਸਰ ਗੈਟ ਆਊਟ, ਨਿਕਲ ਜਾ ਚੋਂ। ਉਹ ਜਾ ਕੇ ਚੈੱਕ ਕਰਾਉਂਦੇ, ਕੈਂਸਰ ਲੋਪ ਹੋ ਜਾਂਦਾ ਹੈ। ਸ਼ਬਦਾਂ ਨਾਲ ਹੀ ਹੈ। ਮੈਂ ਬਹੁਤਿਆਂ ਨੂੰ ਕਿਹਾ ਜਾਓ ਜਾ ਕੇ ਚੈੱਕ ਕਰਾਓ, ਦੁਆ ਦੀ ਲੋੜ ਨਹੀਂ, ਠੀਕ ਹੋ ਜਾਣਾ। ਉਹਨੇ ਜਾ ਕੇ ਰਸੌਲੀਆਂ ਗਾਇਬ ਹੋ ਗਈਆਂ, ਕਾਹਦੇ ਨਾਲ? ਸ਼ਬਦਾਂ ਨਾਲ। ਇਹ ਸ਼ਬਦ ਕਦੋਂ ਸਾਡੇ ਅੰਦਰ ਕੰਮ ਕਰਦਾ? ਜਿਸਲੇ ਅਸੀਂ ਉਹਦੇ ਵਚਨ 'ਤੇ ਵਿਸ਼ਵਾਸ ਹੀ ਨਹੀਂ, ਵਿਸ਼ਵਾਸ ਦੇ ਨਾਲ ਕੀ ਕਰਾਂਗੇ? ਅਮਲ ਕਰਾਂਗੇ। ਨੇਚਾ ਜ਼ਰੂਰ ਆ ਪਰ ਅਮਲ ਨਹੀਂ। ਬਾਈਬਲ ਕਹਿੰਦੀ ਤੂੰ ਆਪਣੀ ਨੇਚਾ ਦਿਖਾ ਅਤੇ ਮੈਂ ਤੈਨੂੰ ਅਮਲ ਦਿਖਾਊਂਗਾ, ਤੈਨੂੰ ਅਮਲ ਦਿਖਾਊਂਗਾ ਅਮਲ। ਕਈ ਲੋਕ ਉਹਦੇ ਦੁਆ ਕਰਦੇ ਸੁੱਕੀ ਨਾ ਕਰੀ, ਇਹ ਫੈਸਲਾ ਕਰਕੇ ਕਰੀ ਪ੍ਰਭੂ ਮੈਂ ਚੱਲੂੰਗਾ ਤੇਰੇ ਕਲਾਮ ਦੇ ਮੁਤਾਬਕ, ਜੀਵਤ ਦੇਖੋ, ਪਰ ਮੇਰੀ ਪ੍ਰਾਰਥਨਾ ਜਿਹੜੀ ਆ ਸੁਣ ਕੇ ਉੱਤਰ ਦੇ ਦੇ। ਬਾਈਬਲ ਕਹਿੰਦੀ, ਬਾਈਬਲ ਸੈਮੂਅਲ ਦੀ ਕੋਈ ਪ੍ਰਾਰਥਨਾ ਰੱਦ ਇਸ ਕਰਕੇ ਨਹੀਂ ਹੋਈ ਕਿਉਂਕਿ ਉਹ ਚੱਲਦਾ ਸੀ, ਇੱਕ ਵੀ ਪ੍ਰਾਰਥਨਾ ਨਹੀਂ ਡਿੱਗੀ। ਓਲਡ ਟੈਸਟਾਂ ਜਿੰਨੇ ਲੋਕ ਚੱਲਦੇ ਰਹੇ ਬਾਈਬਲ ਨੂ ਟੈ ਉਹਨਾਂ ਨੇ ਜਲਾਲ ਜ਼ਾਹਰ ਕੀਤਾ। ਅੱਜ ਵੀ ਟੱਚ ਕਰਕੇ ਕਹੀਦਾ ਕਿ ਯਿਸੂ ਮਸੀਹ 'ਚ ਚੰਗਾ ਹੋ ਜਾ, ਲੋਕ ਕਿੰਨੇ ਲੋਕ ਚੰਗੇ ਹੋ ਜਾਂਦੇ, ਇਹ ਸ਼ਬਦਾਂ ਨਾਲ ਹੀ ਹੈ। ਪਰ ਤੇਰੀ ਸ਼ਬਦ ਕਿਹਦੇ ਸ਼ਬਦ? ਜਿਹੜਾ ਆਪਣੀ ਜ਼ਬਾਨ 'ਤੇ ਵੀ ਲਗਾਮ ਦਿੰਦਾ ਅਤੇ ਜ਼ਬਾਨ ਨੂੰ ਵੀ ਉਹਨੇ ਅਸ਼ੁੱਧ ਹੋਣ ਤੋਂ ਰੋਕਿਆ ਹੋਇਆ, ਉਹਦੇ ਸ਼ਬਦ ਕੰਮ ਕਰਦੇ ਆ, ਹਰ ਇੱਕ ਦੇ ਨਹੀਂ ਕਰਦੇ। ਜ਼ਬਾਨ ਦਾ ਪਾਪ ਵੀ ਇਨਸਾਨ ਕਰੀ ਜਾਵੇ ਅਤੇ ਬਾਈਬਲ ਵੀ ਪੜ੍ਹੀ ਜਾਵੇ ਅਤੇ ਸੰਗਤੀ ਵੀ ਕਿਫੇ ਕਵੇ ਦੁਆ ਕਰੇ, ਹੋਇਆ ਤਾਂ ਹੈ ਨਹੀਂ, ਤੇਰੇ ਨਾਲ ਹੀ ਹੋਣਾ। ਤੇਰੀ ਜ਼ਬਾਨ ਵੀ ਸ਼ੁੱਧ ਚਾਹੀਦੀ ਆ, ਚੁਗਲੀ ਵਾਲੀ ਨਹੀਂ, ਫੋਨ ਦੇ ਉੱਤੇ ਇੱਕ ਦੂਜੇ ਦੀ ਨਿੰਦਾ ਕਰਨ ਵਾਲੀ ਨਹੀਂ। ਤੇਰੀ ਜ਼ਬਾਨ ਵੀ ਓਨੀ ਸ਼ੁੱਧ ਚਾਹੀਦੀ ਆ ਜਿੰਨੀ ਤੇਰੇ ਰਹਿਬਰ ਦੀ ਆ। ਤੇਰਾ ਅਮਲ ਵੀ ਓਨਾ ਹੀ ਹੋਵੇ ਜਿੰਨਾ ਤੇਰੇ ਰਹਿਬਰ ਯਸੂ ਦਾ ਆ। ਲਿਖਿਆ ਜੋ ਕੁਛ ਮੈਂ ਪਿਤਾ ਨੂੰ ਕਰਦੇ ਵੇਖਦਾ ਸੋਈ ਮੈਂ ਕੀ ਹਾਂ, ਉਹੀ ਕਰਦਾ ਜੋ ਉਹਨਾਂ ਨੇ ਲਿਖ 'ਚ ਲਿਖਿਆ। ਜੋ ਕੁਛ ਬਾਪ ਨੂੰ ਕਰਦਾ ਵੇਖਦਾ ਜੋ ਕਹਿੰਦਾ ਯਸੂ ਨੇ ਉਹੀ ਕੀਤਾ। ਅੱਜ ਵੀ ਜਿਹੜੇ ਲੋਕ ਚਾਹੇ ਪਾਸਵਾਨ ਨੂੰ ਚਾਹੇ ਵਿਸ਼ਵਾਸੀ, ਜੋ ਕੁਛ ਇਹ ਕਹਿੰਦਾ ਖੁਦਾ ਦਾ ਕਲਾਮ ਉਹ ਕਰਦੇ ਹਨ ਅਤੇ ਖੁਦਾ ਉਹਨਾਂ ਦੁਆਰਾ ਵੀ ਉੱਦਾਂ ਹੀ ਕੀ ਕਰੇਗਾ, ਆਪਣੀ ਮਹਿਮਾ ਨੂੰ ਪ੍ਰਗਟ ਕਰੇਗਾ। ਇਸ ਕਰਕੇ ਮੇਰੇ ਭੈਣ ਭਰਾਓ, ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਬਹੁਤ ਲੋਕ ਬੁਲਾ ਲੈਂਦੇ ਹਨ, ਬੁਲਾ ਲੈਂਦੇ ਹਨ, ਪਰ ਕਈ ਵਾਰੀ ਉਹ ਆਪਣੀ ਬਰਕਤ ਨੂੰ ਖੋਂਦੇ ਹਨ। ਇਬਰਾਨੀ ਖਤ 'ਚ ਲਿਖਿਆ ਬਹੁਤਿਆਂ ਨੇ ਫਰਿਸ਼ਤਿਆਂ ਨੂੰ ਵੀ ਘਰ ਉਤਾਰਿਆ, ਨਾ ਆਦਰ ਸਨਮਾਨ ਕਰਕੇ, ਹਿੰਦੀ ਲਿਖਿਆ ਨਾ ਆਦਰ ਕਰਕੇ, ਆਪਣੀ ਬਰਕਤ ਨੂੰ ਕੀ ਕਰ ਦਿੱਤਾ ਹੈ? ਖੋ ਦਿੱਤਾ ਉਹਨੇ, ਉਹਨੇ ਖੋਇਆ ਆਪਣੀ ਆਸ਼। ਤੇ ਕਈਆਂ ਨੇ ਬਾਈਬਲ ਕਹਿੰਦੀ ਰਿਗਾਰਡ ਕਰਕੇ, ਪਹਿਲ ਦੇ ਕੇ ਆਪਣੀ ਖੋਹੀ ਆਸ਼ ਨੂੰ ਕੀ ਕਰ ਲਿਆ? ਵਾਪਸ ਆ ਲਿਆ।
ਇਹ ਲੋਕਾਂ ਦੀ ਮੈਂ ਦੱਸ ਰਿਹਾ, ਵਿਸ਼ਵਾਸੀ ਲੋਕਾਂ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ। ਇੱਕ ਇੱਕ ਗੱਲ ਜਿਹੜੇ ਮੈਂ ਲੋਕਾਂ ਦੇ ਘਰ ਜਾਂਦਾ ਮੈਂ ਨੋਟ ਕਰ ਲੈਂਦਾ ਕਿ ਇੱਥੇ ਦਾ ਮਾਹੌਲ ਕੀ ਆ, ਇੱਥੇ ਦੀ ਇਹਨਾਂ ਦੀ ਬੋਲਚਾਲ ਕੀ ਆ। ਕਈ ਲੋਕ ਕਹਿਣਗੇ ਭਾਅ ਜੀ ਆ ਜਾਇਓ, ਮੈਂ ਕਿਹਾ ਆ ਜਾਂਦੇ। ਆਵਾਜ਼ ਦੱਸਦੀ ਆ ਕਿ ਇਹ ਦਿਲ ਤੋਂ ਕਹਿ ਰਿਹਾ ਕਿ ਵੈਸੇ ਹੀ, ਆਵਾਜ਼ 'ਚ ਇੱਕਦਮ ਨੂੰ ਪਤਾ ਲੱਗਦਾ ਕਿ ਇਹਦੇ ਅੰਦਰੋਂ ਆਵਾਜ਼ ਨਹੀਂ ਹੈ, ਇਹ ਮੈਨੂੰ ਬੁਲਾ ਰਿਹਾ ਘਰ। ਇਹ ਵੈਸੇ ਘਰ ਆ ਜਾਓ ਭਾਅ ਜੀ, ਕੋਈ ਨਹੀਂ ਖਾ ਲਾਂਗੇ ਰੋਟੀ ਪਾਣੀ ਇਕੱਠਾ। ਇਹਦੀ ਆਵਾਜ਼ 'ਚ ਖਿੱਚ ਨਹੀਂ ਆ, ਇੱਕ ਆਵਾਜ਼ ਖਿੱਚਦੀ ਆ ਆਓ ਇਕੱਠਿਆਂ ਨੇ ਖਾਣਾ, ਜਨਾਨ ਆਏ ਤਾਂ ਰੋਟੀ ਪੈ ਰਹੇਗੀ। ਇੱਦਾਂ ਮੈਨੂੰ ਕਈਆਂ ਨੇ ਕਿਹਾ ਰੋਟੀ ਪਾਸਟ ਜੀ ਖਾਵਾਂਗੇ ਨਹੀਂ, ਇੱਦਾਂ ਵੀ ਕਿਹਾ ਕਈਆਂ ਨੇ, ਤੁਸੀਂ ਆਓਗੇ ਤਾਂ ਰੋਟੀ ਖਾਵਾਂਗੇ। ਮੈਂ ਇੱਦਾਂ ਲੈ ਕੇ ਗਿਆ, ਮੈਂ ਕਿਹਾ ਯਾਰ 'ਚ ਜਾਣਾ ਹੀ ਪੈਣਾ ਆ। ਉਹ ਕਹਿੰਦੇ ਰੋਟੀ ਨਹੀਂ ਖਾਣੀ ਅਸੀਂ ਜੇ ਨਹੀਂ ਆਓਗੇ। ਇਹ ਅੰਦਰੋਂ ਆ, ਇਹ ਆਵਾਜ਼ ਅੰਦਰਲੀ ਆ, ਇਹ ਆ ਪਿਆਰ। ਅਤੇ ਉੱਥੋਂ ਜਿਹੜੀ ਪ੍ਰੇਅਰ ਵੀ ਨਿਕਲਦੀ ਨਾ ਫਿਰ ਉਹਦੇ ਪਿਆਰ ਦੀ, ਉਹ ਵੀ ਦਰਦ ਭਰੀ ਅਤੇ ਦਇਆ ਨਾਲ ਭਰੀ ਹੁੰਦੀ ਆ, ਉੱਥੇ ਖੁਦਾ ਕੰਮ ਕਰਦਾ ਹੈ। ਮੇਰੇ ਭੈਣ ਭਰਾਓ, ਇਕੱਲਾ ਇਹ ਨਾ ਕਹੋ ਅਸੀਂ ਵਿਸ਼ਵਾਸ ਕਰਦੇ ਹਾਂ, ਬਾਈਬਲ ਕਹਿੰਦੀ ਤੇਰਾ ਵਿਸ਼ਵਾਸ ਤੈਨੂੰ ਨਹੀਂ ਬਚਾਏਗਾ। ਇਕੱਲਾ ਬਹੁਤ ਲੋਕ ਦਾ ਵਿਸ਼ਵਾਸ ਦਾ ਪ੍ਰਚਾਰ ਕਰਦੇ ਆ, ਵਿਸ਼ਵਾਸ ਦੀਆਂ ਗੱਲਾਂ ਕਰਦੇ, ਵਿਸ਼ਵਾਸ ਦੇ ਨਾਲ ਨਾਲ ਬੋਲੋ ਕੀ ਕਰਨਾ, ਬੋਲੋ ਕੀ ਕਰਨਾ, ਜ਼ੋਰ ਦੀ ਬੋਲੀਏ, ਜ਼ੋਰ ਦੀ ਸ਼ੈਤਾਨ ਨੂੰ ਸੁਣਾਓ। ਅਤੇ ਵਿਸ਼ਵਾਸ ਤੋਂ ਨੇਚਾ ਤੇਰੀ ਚੰਗੀ ਆ, ਜੇ ਤੂੰ ਅਮਲ ਕਰੇ ਤਾਂ ਫਿਰ ਤੇਰਾ ਵਿਸ਼ਵਾਸ ਕੀ ਆ, ਗੁਣਕਾਰਾ ਵਧੀਆ ਹੋ ਜਾਏਗਾ। ਠੀਕ ਆ, ਇਸ ਕਰਕੇ ਬਾਈਬਲ ਨੂੰ ਪੜ੍ਹਿਆ ਕਰੋ ਅਤੇ ਹਰ ਕੰਮ ਵਿੱਚ ਆਪਣੇ ਖੁਦਾ ਨੂੰ ਕੀ ਦਿਆ ਕਰੋ, ਪਹਿਲ ਦਿਆ ਕਰੋ। ਅਤੇ ਜਿਹੜੇ ਖੁਦਾ ਨੂੰ ਪਹਿਲ ਦੇਣਗੇ, ਖੁਦਾ ਵੀ ਉਹਨੂੰ ਸਭ ਤੋਂ ਪਹਿਲਾਂ ਉਸ ਫੈਮਿਲੀ ਨੂੰ ਕੀ ਦੇਗਾ, ਪਹਿਲ ਦੇਗਾ। ਖੁਦਾ ਤੁਹਾਨੂੰ ਅਜੇ ਵਚਨ ਤੋਂ ਸੁਣੇ ਅਤੇ ਪੜ੍ਹੇ ਜਾਣ ਤੋਂ ਬਰਕਤ। ਆਈਏ ਪਲੀਜ਼। ਗੂੰਗੇ ਵੀ ਬੋਲਣ ਲੱਗ ਪੈਂਦੇ, ਲੰਗੜਾ ਵੀ ਦੌੜਾ ਦੌੜਦਾ, ਜਦੋਂ ਆਉਂਦਾ ਆਤਮਾ ਜ਼ੋਰਦਾ, ਬਲ ਵੱਧ ਜਾਂਦਾ ਕਮਜ਼ੋਰਦਾ, ਜਦੋਂ ਆਉਂਦਾ ਆਤਮਾ ਜ਼ੋਰਦਾ, ਬਲ ਵੱਧ ਜਾਂਦਾ ਕਮਜ਼ੋਰਦਾ।